ਇੰਟਰਨੈਟ ਕਨੈਕਸ਼ਨ ਕਰਕੇ ਆਫਲਾਈਨ ਹੋ ਗਿਆ ਸੀਗਾ। ਸੋ ਆਈ ਹੋਪ ਹੁਣ ਇੰਟਰਨੈਟ ਠੀਕ ਚੱਲੇਗਾ। ਸੋ ਆਪਾਂ ਗੱਲ ਕਰ ਰਹੇ ਸੀਗੇ ਰਿਫਿਊਜ਼ਡ ਸਟੂਡੈਂਟਸ ਦੀ। ਬਹੁਤ ਸਾਰੇ ਸਟੂਡੈਂਟਸ ਜਿਹੜੇ ਕੈਨੇਡਾ, USA, UK, ਆਸਟ੍ਰੇਲੀਆ, ਨਿਊਜ਼ੀਲੈਂਡ, ਇਹਨਾਂ ਕੰਟਰੀਜ਼ ਤੋਂ ਰਿਫਿਊਜ਼ ਨੇ, ਔਰ ਉਹਨਾਂ ਨੂੰ ਡਰ ਲੱਗਦਾ ਹੈ ਕਿ ਅਸੀਂ ਦੁਬਾਰਾ ਵੀਜ਼ਾ ਅਪਲਾਈ ਕਰੀਏ ਕਿ ਨਾ ਅਪਲਾਈ ਕਰੀਏ, ਕਿ ਕੀ ਦੁਬਾਰਾ ਵੀਜ਼ਾ ਅਪਲਾਈ ਕਰਾਂਗੇ ਫਿਰ ਕਿਤੇ ਰਿਫਿਊਜ਼ਲ ਦਾ ਸਾਹਮਣਾ ਤਾਂ ਨਹੀਂ ਕਰਨਾ ਪਊਗਾ, ਕੀ ਜੇ ਦੁਬਾਰਾ ਵੀਜ਼ਾ ਅਪਲਾਈ ਕਰਾਂਗੇ ਫਿਰ ਐਮਬੈਸੀ 'ਚ ਇੱਕ ਬੈਡ ਇਫੈਕਟ ਤਾਂ ਨਹੀਂ ਪਊਗਾ। ਔਰ ਬਹੁਤ ਸਾਰੇ ਲੋਕ ਨੇ ਜੋ ਮੈਂ ਪਿਛਲੇ ਹਫਤੇ 10 ਦਿਨ ਤੋਂ ਜਦੋਂ ਦਾ ਕੈਨੇਡਾ ਤੋਂ ਵਾਪਸ ਆਇਆ ਇਹ ਨੋਟਿਸ ਕੀਤਾ ਕਿ ਸਾਰੇ ਸਟੂਡੈਂਟਸ ਵੇਟ ਕਰ ਰਹੇ ਨੇ ਕਿ ਕਦੋਂ ਕੋਈ ਬੰਦਾ, ਕਦੋਂ ਕੋਈ ਕੰਸਲਟੈਂਟ, ਕਦੋਂ ਕੋਈ ਏਜੰਟ ਮੈਨੂੰ ਗਰੰਟੀ ਦਊਗਾ ਤੇ ਮੈਂ ਆਪਣਾ ਵੀਜ਼ਾ ਅਪਲਾਈ ਕਰੂੰਗਾ। ਸੋ ਉਸ ਵੇਟ ਦੇ ਦੌਰਾਨ ਮੈਂ ਦੇਖਿਆ ਕਿ ਕਈ 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 ਸਟੂਡੈਂਟਸ ਨੇ ਤਾਂ ਮਹੀਨੇ ਕੱਢ ਦਿੱਤੇ ਕਿ ਕਿਉਂ ਨਹੀਂ ਦੁਬਾਰਾ ਤੁਸੀਂ ਵੀਜ਼ਾ ਅਪਲਾਈ ਕੀਤਾ। ਹਾਂ ਠੀਕ ਹੈ ਜੀ, ਇੱਕ ਵਾਰੀ ਰਿਫਿਊਜ਼ਲ ਆ ਗਈ, ਜਾਂ ਕੁਝ ਸਟੂਡੈਂਟਸ ਇਦਾਂ ਦੇ ਨੇ ਜਿਹੜੀ ਅਪਲਾਈ ਨਹੀਂ ਕੀਤਾ, ਫਰੈਸ਼ ਐਪਲੀਕੇਸ਼ਨ ਨੇ ਐਮਬੈਸੀ 'ਚ ਪਾਉਣ ਦੀ ਵੇਟ ਕਰ ਰਹੇ ਆ। ਕਿਉਂ ਭਾਜੀ, ਤੁਸੀਂ ਮੈਨੂੰ ਦੱਸੋ, ਜੇ ਤੁਸੀਂ ਗਰੰਟੀ ਦਿੰਦੇ ਹੋ ਤਾਂ ਮੈਂ ਫਾਈਲ ਦੇ ਜਾਣਾ, ਨਹੀਂ ਤਾਂ ਮੈਂ ਵਾਪਸ ਲੈ ਕੇ ਚੱਲਾਂ। ਮੈਨੂੰ ਫਲਾਣੇ ਫਲਾਣੇ ਬੰਦੇ ਨੇ ਕਿਹਾ ਕਿ ਜੀ ਮੈਂ ਗਰੰਟੀ ਨਾਲ ਤੇਰਾ ਵੀਜ਼ਾ ਲਵਾਉਂਗਾ। ਸੋ ਇਦਾਂ ਦੇ ਇੰਸਟੈਂਸਸ ਰੈਗੂਲਰ ਬੇਸਿਸ ਦੇ ਉੱਤੇ ਰੋਜ਼ ਸਟੂਡੈਂਟਸ ਆਉਂਦੇ ਨੇ, ਰੋਜ਼ ਮਿਲਦੇ ਨੇ, ਰੋਜ਼ ਇਹ ਕੁਐਸਚਨ ਉਹਨਾਂ ਦਾ ਹੁੰਦਾ। ਸੋ ਸਾਰਿਆਂ ਨੂੰ ਇੱਕ ਰਿਕੁਐਸਟ ਕਿ ਭਾਈ ਗਰੰਟੀ ਨਾਮ ਦੀ ਚੀਜ਼ ਵੀਜ਼ਾ ਦੇ ਵਿੱਚ, ਐਮਬੈਸੀ ਦੇ ਵਿੱਚ ਐਗਜ਼ਿਸਟ ਨਹੀਂ ਕਰਦੀ। ਕੋਈ ਕੰਸਲਟੈਂਟ, ਕੋਈ ਏਜੰਟ ਵਧੀਆ ਕੰਮ ਕਰ ਸਕਦਾ ਹੈ, ਵਧੀਆ ਕੰਮ ਦੇ ਅਕੋਰਡਿੰਗਲੀ ਤੁਹਾਡੀ ਫਾਈਲ ਐਮਬੈਸੀ 'ਚ ਲਾ ਸਕਦਾ ਹੈ, ਚੰਗਾ ਰਿਜ਼ਲਟ ਮਿਲ ਸਕਦਾ ਹੈ ਕਿ 90%, 95%, 99% ਵੀਜ਼ਾ ਸਕਸੈਸ ਰੇਟ ਤੱਕ ਹੋ ਸਕਦਾ ਕਿਸੇ ਕੰਸਲਟੈਂਟ ਦਾ ਹੋਵੇ, ਬਟ ਗਰੰਟੀ ਨਹੀਂ ਹੈਗੀ। ਸੋ ਹਰ ਉਹ ਸਟੂਡੈਂਟ ਜਿਹੜਾ ਵੀਜ਼ਾ ਰਿਫਿਊਜ਼ਡ ਹੈ, ਆਪਣੀ ਰਿਫਿਊਜ਼ਲ ਲੈਟਰ ਚੱਕੋ, ਆਪਣੇ ਡਾਕੂਮੈਂਟਸ ਚੱਕੋ, ਡਾਕੂਮੈਂਟ ਚੁੱਕੋ, ਰਿਫਿਊਜ਼ਲ ਲੈਟਰ ਚੁੱਕੋ, ਮੇਰੇ ਕੋਲ ਬ੍ਰਾਂਚ ਵਿਜ਼ਿਟ ਕਰ ਲਓ। ਮੈਂ ਕੱਲ ਫਰਾਈਡੇ ਜਲੰਧਰ ਔਰ ਸੈਟਰਡੇ ਨੂੰ ਅੰਮ੍ਰਿਤਸਰ ਬ੍ਰਾਂਚ, ਦੋਨੋਂ ਦਿਨ ਦੋਨੋਂ ਸ਼ਹਿਰਾਂ ਦੇ ਵਿੱਚ ਫਰਾਈਡੇ ਔਰ ਸੈਟਰਡੇ ਅਵੇਲੇਬਲ ਆ। ਡਾਕੂਮੈਂਟਸ ਲੈ ਕੇ ਆਓ, ਤੁਸੀਂ ਕਹੋ ਕਿ ਕੀ ਐਡਵਾਈਸ ਹੈ ਤੁਹਾਡੇ ਲਈ, ਕੀ ਵੇ ਫਾਰਵਰਡ ਹੈ, ਫੇਸਬੁੱਕ ਦੇ ਉੱਤੇ ਜਾਂ ਵਟਸਐਪ ਦੇ ਉੱਤੇ ਜਾਂ ਈਮੇਲਸ ਦੇ ਉੱਤੇ ਵੀ ਮੈਨੂੰ ਰੈਗੂਲਰ ਬੇਸਿਸ ਤੇ ਸਟੂਡੈਂਟਸ ਫਾਲੋ ਅਪ ਕਰਦੇ ਆ, ਕੋਈ ਰਿਫਿਊਜ਼ਲ ਲੈਟਰ ਭੇਜ ਕੇ ਜਾਂ ਕੋਈ ਸਿਰਫ ਆਪਣੇ ਡਾਕੂਮੈਂਟ ਸੈਂਡ ਕਰਕੇ ਕਿ ਮੇਰੇ ਲਈ ਅੱਗੇ ਕੀ ਐਡਵਾਈਸ ਹੈ। ਸੋ ਜਦੋਂ ਤੁਸੀਂ ਸਾਹਮਣੇ ਬੈਠੇ ਹੋਵੋਗੇ, 10-15 ਮਿੰਟ ਆਪਾਂ ਬੈਠਾਂਗੇ, ਜਦੋਂ ਗੱਲ ਕਰਾਂਗੇ ਤੁਹਾਡੇ ਪ੍ਰੋਫਾਈਲ ਬਾਰੇ ਡਿਸਕਸ਼ਨ ਹੋਊਗੀ। ਦੇਖੋ ਜਨਰਲ ਕਾਉਂਸਲਿੰਗ ਜਿਹੜੀ ਹੁੰਦੀ ਹੈ ਨਾ, ਜੇ ਮੈਂ ਹੁਣ ਫੇਸਬੁੱਕ ਤੇ ਤੁਹਾਨੂੰ ਦੱਸਾਂ, ਮੈਂ ਰੂਲਸ ਦੱਸ ਸਕਦਾ, ਰੈਗੂਲੇਸ਼ਨਸ ਦੱਸ ਸਕਦਾ, ਇਹ ਦੱਸ ਸਕਦਾ ਕਿ ਡੂਜ਼ ਐਂਡ ਡੋਨਟਸ ਕੀ ਨੇ, ਕਿ ਕਿੱਦਾਂ ਦੀ ਐਪਲੀਕੇਸ਼ਨ ਨੂੰ ਫਾਈਲ ਐਮਬੈਸੀ 'ਚ ਲਾਣੀ ਚਾਹੀਦੀ ਹੈ, ਕਿੱਦਾਂ ਦੀ ਐਪਲੀਕੇਸ਼ਨ ਨੂੰ ਨਹੀਂ ਲਾਣੀ ਚਾਹੀਦੀ, ਕਿੰਨਾ ਗੈਪ ਐਕਸੈਪਟੇਬਲ ਹੈ, ਕਿੰਨੇ ਫੰਡਸ ਐਕਸੈਪਟੇਬਲ ਨੇ, SDS ਕੀ ਹੁੰਦਾ ਹੈ, SSVF ਕੀ ਹੈ, ਆਸਟ੍ਰੇਲੀਆ ਨੇ ਇੰਡੀਆ ਨੂੰ ਲੈਵਲ 3 'ਚ ਕਰਤਾ ਉਹਦਾ ਕੀ ਮਤਲਬ ਹੈ, ਕੈਨੇਡਾ ਦੇ ਵਿੱਚ ਨਵੀਂ ਸਰਕਾਰ ਬਣ ਗਈ ਉਹਦਾ ਕੀ ਮਤਲਬ ਹੈ। ਸੋ ਇਹ ਸਾਰੀਆਂ ਚੀਜ਼ਾਂ ਆਪਾਂ ਇੱਕ ਇੱਕ ਜਨਰਲ ਡਿਸਕਸ਼ਨ ਜਾਂ ਜਨਰਲ ਵੀਡੀਓਜ਼ ਜਾਂ ਜਨਰਲ ਫੇਸਬੁੱਕ ਲਾਈਵ ਤੁਸੀਂ ਦੇਖਦੇ ਰਹਿੰਦੇ ਹੋ, ਸੁਣਦੇ ਰਹਿੰਦੇ ਹੋ, ਟਾਈਮ ਦੇ ਟਾਈਮ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਇਹ ਇਨਫੋਰਮੇਸ਼ਨ ਦੇ ਨਾਲ ਅਪ ਟੂ ਡੇਟ ਰੱਖਿਆ ਜਾਏ। ਬਟ ਜਦੋਂ ਤੁਸੀਂ ਇਸ ਚੀਜ਼ ਤੇ ਆ ਜਾਂਦੇ ਹੋ ਕਿ ਮੇਰਾ ਕੀ, ਜਦੋਂ ਪਰਸਨਲਾਈਜ਼ਡ ਹੋ ਜਾਂਦੀ ਹੈ ਚੀਜ਼, ਜਦੋਂ ਤੁਸੀਂ ਆਪਣੀ ਗੱਲ ਕਰਦੇ ਹੋ ਕਿ ਹਾਂ ਭਾਈ ਇਹ ਰੂਲ ਹੈਗੇ ਆ, ਇਹ ਰੈਗੂਲੇਸ਼ਨ ਹੈਗੀ ਆ, ਬਹੁਤ ਵਧੀਆ ਗੱਲ ਹੈ, ਬਟ ਤੁਹਾਨੂੰ ਕੀ ਚਾਹੀਦਾ, ਤੁਹਾਡੇ 10ਵੀਂ ਦੇ ਨੰਬਰ ਕਿੰਨੇ ਨੇ, ਤੁਹਾਡੇ 12ਵੀਂ 'ਚ ਸਬਜੈਕਟ ਕਿਹੜੇ ਸੀ, ਤੁਸੀਂ ਆਇਲਸ ਕਿੰਨੀ ਵਾਰੀ ਕੀਤਾ, ਪੜ੍ਹਾਈ ਦੇ ਵਿੱਚ ਗੈਪ ਕਿੰਨਾ, ਕੀ ਤੁਹਾਡੇ ਕੋਲ ਰਿਫਿਊਜ਼ਲ ਹੈਗੀ ਹੈ, ਰਿਫਿਊਜ਼ਲ ਨਹੀਂ ਹੈਗੀ। ਸੋ ਜਦੋਂ ਇਹ ਸਾਰੀਆਂ ਚੀਜ਼ਾਂ ਤੁਸੀਂ ਆਪ ਦੇਖਣੀਆਂ, ਆਪਣੇ ਬਾਰੇ ਗੱਲ ਕਰਨੀ ਹੈ, ਸੋ ਦ ਬੈਸਟ ਥਿੰਗ ਇਜ਼ ਕਮ ਵਿਜ਼ਿਟ ਅਸ, ਸਿਟ ਇਨ ਫਰੰਟ ਆਫ ਅਸ, ਫਿਰ ਗੱਲ ਕਰੋ। ਬਹੁਤ ਸਾਰੀ ਜਗ੍ਹਾ ਤੇ ਮੈਂ ਦੇਖਿਆ ਕਈ ਸਟੂਡੈਂਟਸ ਦੇ ਨਾਲ ਬੈਠਾ, ਰੀਸੈਂਟਲੀ ਕਰਨਾਲ ਦੇ ਵਿੱਚ ਇੰਸੀਡੈਂਟ ਹੋਇਆ,
ਦੋ ਜਣੇ ਸੀਗੇ, ਦੋਨੋਂ ਵੀਜ਼ਾ ਰਿਫਿਊਜ਼ ਕਰਾ ਕੇ ਕਿਸੇ ਕੰਸਲਟੈਂਟ ਤੋਂ ਕੈਨੇਡਾ ਦਾ, ਤੇ ਦੋਨੋਂ ਰਿਫਿਊਜ਼ਲ ਲੈਟਰਸ ਲੈ ਕੇ ਆਏ ਸੀ। ਤੇ 15-20 ਮਿੰਟ ਉਹਨਾਂ ਨਾਲ ਉਹਨਾਂ ਦੇ ਪ੍ਰੋਫਾਈਲ ਬਾਰੇ ਡਿਸਕਸ਼ਨ ਚੱਲਦੀ ਰਹੀ। ਤੇ ਉਹਨਾਂ 'ਚੋਂ ਇੱਕ ਮੁੰਡਾ ਕਹਿੰਦਾ, ਕਹਿੰਦਾ ਭਾਜੀ ਅਸੀਂ ਕਈ ਜਗ੍ਹਾ ਗਏ ਆ, ਕਈ ਬੜੇ ਨਾਮ ਸੁਣੇ ਆ, ਕੰਪਨੀਆਂ ਦੇ ਜਾ ਜਾ ਕੇ ਮਿਲੇ ਆ, ਕਹਿੰਦੇ ਸਾਨੂੰ ਗਿਣਤੀ ਨਾਲ ਘੜੀ ਦੇਖ ਕੇ 120 ਸੈਕਿੰਡ ਵੀ ਨਹੀਂ ਮਿਲਦੇ। ਉਹ ਕਹਿੰਦੇ ਹਾਂਜੀ ਲੱਗ ਜਾਊਗਾ, ਕਾਗਜ਼ ਦੇ ਜਾਓ ਤੇ ਜਾਓ, ਪੈਸੇ ਦੇ ਜਾਓ ਤੇ ਜਾਓ, ਉਸ ਤੋਂ ਬਾਅਦ ਕਹਿੰਦੇ ਅਸੀਂ ਪੁੱਛਦੇ ਕਿੱਦਾਂ ਲੱਗੂਗਾ, ਕਿੰਨੀ ਫੀਸ ਹੋਊਗੀ, ਕੀ ਪ੍ਰੋਸੈਸ ਹੋਏਗਾ, ਕਿੰਨਾ ਟਾਈਮ ਪੀਰੀਅਡ ਹੋਏਗਾ। ਉਹਦੇ ਬਾਰੇ ਕਦੀ ਕਿਸੇ ਨੇ ਇੰਨਾ ਟਾਈਮ ਹੀ ਨਹੀਂ ਦਿੱਤਾ ਕਿ ਯਾਰ ਮੈਂ ਦੋ ਜਣਿਆਂ ਨੂੰ ਹੋਰ ਮਿਲਣਾ, ਤੇ ਤੂੰ ਬਸ, ਤੈਨੂੰ ਦਸਤਾ ਲੱਗ ਜਾਊਗਾ, ਤੂੰ ਆਪਣੇ ਕਾਗਜ਼ ਦੇ ਦਾ, ਲੱਗ ਜਾ, ਤੇਰਾ 15 ਲੱਖ ਲੱਗੂ, ਤੇਰਾ 18 ਲੱਖ ਲੱਗੂ, ਤੇ ਤੂੰ ਜਾ। ਸੋ ਤੁਸੀਂ ਕਹਿੰਦਾ ਪਹਿਲੀ ਵਾਰੀ ਇੱਦਾਂ ਹੋਇਆ ਕਿ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ ਔਰ ਤੁਸੀਂ ਬਹਿ ਕੇ ਸਾਨੂੰ 15 ਮਿੰਟ ਲਾ ਕੇ ਸਾਡੇ ਡਾਊਟਸ ਕਲੀਅਰ ਕੀਤੇ ਆ, ਸਾਰੀ ਇਨਫੋਰਮੇਸ਼ਨ ਦਿੱਤੀ ਹੈ। ਸੋ ਅਲਟੀਮੇਟਲੀ ਜਦੋਂ ਤੱਕ ਤੁਹਾਨੂੰ ਸਾਰੀ ਇਨਫੋਰਮੇਸ਼ਨ, ਸਾਰੀ ਚੀਜ਼ ਨਹੀਂ ਪਤਾ ਹੋਊਗੀ, ਉਦੋਂ ਤੱਕ ਜੇ ਤੁਸੀਂ ਵੀਜ਼ਾ ਅਪਲਾਈ ਕਰੋਗੇ ਤੇ ਉਹ ਸਾਰਾ ਕੁਝ ਹਵਾ 'ਚ ਹੀ ਹੈ। ਕੱਲ੍ਹ ਨੂੰ ਰਿਫਿਊਜ਼ਲ ਤੋਂ ਬਾਅਦ ਬੜਾ ਸੌਖਾ ਕਹਿਣਾ, ਉਹ ਜੀ ਫਲਾਣੇ ਨੇ ਮੇਰੀ ਫਾਈਲ ਰਿਫਿਊਜ਼ ਕਰਾ ਦਿੱਤੀ। ਉਹ ਭਾਈ ਫਾਈਲ ਤਾਂ ਤੇਰੀ ਸੀ ਨਾ, ਪਹਿਲਾ ਸਟੈਪ ਤਾਂ ਤੂੰ ਸ਼ੁਰੂ ਕਰਨਾ ਕਿ ਤੂੰ ਉਸ ਫਾਈਲ ਨੂੰ ਕਿਹੜੇ ਕੰਸਲਟੈਂਟ ਨੂੰ ਦੇਣੀ ਹੈ, ਕੀ ਉਹ ਤੈਨੂੰ ਸੈਟਿਸਫਾਈ ਵੀ ਕਰ ਸਕਿਆ ਕਿ ਉਹ ਇੰਨਾ ਕੁ ਕੇਪੇਬਲ ਜਾਂ ਇੰਨਾ ਕੁ ਮਾਦਾ ਰੱਖਦਾ ਕਿ ਤੇਰੀ ਵੀਜ਼ਾ ਐਪਲੀਕੇਸ਼ਨ ਫੜ ਕੇ ਤਾਂ ਅੰਬੈਸੀ ਦੇ ਵਿੱਚ ਲਾ ਸਕੇ। ਦੇਖੋ ਕਿਸੇ ਵੀ ਕੰਪਨੀ, ਕਿਸੇ ਵੀ ਏਜੰਸੀ ਦੇ ਲਈ ਤੁਹਾਡੀ ਜਿਹੜੀ ਐਪਲੀਕੇਸ਼ਨ ਹੈ ਉਹਦੇ ਲਈ ਇੱਕ ਫਾਈਲ ਹੈ ਕਿ ਜੀ ਆਹ ਫਲਾ ਫਲਾ ਬੱਚੇ ਦੀ ਫਾਈਲ ਹੈ, ਇਹਦੀ ਐਪਲੀਕੇਸ਼ਨ ਪ੍ਰੋਸੈਸ ਕਰ ਦਿਓ। ਬਟ ਤੁਹਾਡੇ ਲਈ ਉਹ ਤੁਹਾਡੀ ਜ਼ਿੰਦਗੀ ਹੈ, ਤੁਹਾਡੇ ਲਈ ਉਹ ਤੁਹਾਡਾ ਫਿਊਚਰ ਹੈ, ਤੁਹਾਡੇ ਲਈ ਉਹ ਤੁਹਾਡੇ ਡ੍ਰੀਮਸ ਨੇ। ਪਤਾ ਨਹੀਂ ਕੀ ਕੀ ਸੋਚ ਕੇ ਤੁਸੀਂ ਉਹ ਫਾਈਲ ਚੁੱਕ ਕੇ ਕਿਸੇ ਦੇ ਆਫਿਸ ਪਹੁੰਚੋ ਕਿ ਮੇਰਾ ਵੀਜ਼ਾ ਲੱਗ ਜਾਏ, ਹਨਾ। ਸੋ ਜਦੋਂ ਤੱਕ ਉਹ ਪਰਸਨਲਾਈਜ਼ਡ ਅਟੈਂਸ਼ਨ ਜਾਂ ਪਰਸਨਲਾਈਜ਼ਡ ਕਾਉਂਸਲਿੰਗ ਤੁਹਾਨੂੰ ਨਹੀਂ ਮਿਲਦੀ, ਮੈਂ ਨਹੀਂ ਕਹਿੰਦਾ ਮੇਰੇ ਤੋਂ ਵੀਜ਼ਾ ਅਪਲਾਈ ਕਰੋ, ਮੈਂ ਇਹ ਜ਼ਰੂਰ ਕਹਿੰਦਾ ਕਿ ਵੀਜ਼ਾ ਕਿਸੇ ਤੋਂ ਵੀ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰੀ ਆ ਕੇ ਮੇਰੇ ਤੋਂ ਇਨਫੋਰਮੇਸ਼ਨ ਲੈ ਲਓ, ਆਪਣੇ ਡਾਊਟਸ ਕਲੀਅਰ ਕਰ ਲਓ। ਉਸ ਤੋਂ ਬਾਅਦ ਜਿਹਨੂੰ ਫਾਈਲ ਦਿੱਤੀ ਆ, ਜਿਹਨੂੰ ਡਾਕੂਮੈਂਟਸ ਦਿੱਤੇ ਹੋਏ ਆ, ਉਹਨੂੰ ਜਾ ਕੇ ਉਹ ਸਵਾਲ ਪੁੱਛ ਲਓ, ਉਹਨੂੰ ਜਾ ਕੇ ਉਹ ਚੀਜ਼ਾਂ ਕਲੀਅਰ ਕਰ ਲਓ। ਜੇ ਉਹਨੂੰ ਉੱਥੋਂ ਸੈਟਿਸਫੈਕਸ਼ਨ ਮਿਲਦੀ ਆ, ਆਪਣਾ ਵੀਜ਼ਾ ਅਪਲਾਈ ਕਰੋ ਔਰ ਜਾ ਕੇ ਜਿਹੜੀ ਵੀ ਕੰਟਰੀ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ ਜ਼ਰੂਰ ਕਰੋ। ਸੋ ਥੋੜ੍ਹਾ ਜਿਹਾ ਟੂ ਟੱਚ ਬੇਸ ਕੀ ਹੋ ਰਿਹਾ ਵੱਖਰੀਆਂ ਵੱਖਰੀਆਂ ਕੰਟਰੀਜ਼ ਦੇ ਵਿੱਚ। ਸੋ ਕੈਨੇਡਾ ਤੋਂ ਹੀ ਸਟਾਰਟ ਕਰਦੇ ਹਾਂ। ਹੌਟ ਸੈਲਿੰਗ ਕੇਕ ਹਰ ਪੰਜਾਬੀ ਬੰਦੇ ਦੀ ਫਸਟ ਪ੍ਰੈਫਰੈਂਸ ਕਿ ਕਿੱਥੇ ਜਾਣਾ ਚਾਹੁੰਦਾ ਜੀ, ਕੈਨੇਡਾ ਜਾਣਾ ਚਾਹੁੰਦਾ। ਇਨਫੈਕਟ ਇੰਨੀ ਕੁ ਹੌਟ ਹੌਟ ਡੈਸਟੀਨੇਸ਼ਨ ਹੈ ਕਿ ਮੇਰੇ ਕੋਲ ਜੇ ਕੋਈ ਸਟੂਡੈਂਟ ਆ ਕੇ, ਅੱਜ ਰੀਸੈਂਟਲੀ ਅੱਜ ਹੀ ਹੋਇਆ ਕਿ ਸਟੂਡੈਂਟ ਆਇਆ ਮੇਰੇ ਕੋਲ ਕਿ ਭਾਜੀ ਮੈਂ ਫਾਈਲ ਲਾਈ ਹੋਈ ਤੁਹਾਡੇ ਕੋਲੋਂ ਤੇ ਨਿਊਜ਼ੀਲੈਂਡ ਜਾਣਾ, ਤੇ ਜਦੋਂ ਤੁਸੀਂ ਕੈਨੇਡਾ ਸੀਗੇ ਮੈਂ ਡਾਕੂਮੈਂਟ ਦੇ ਦਿੱਤਾ ਸੀ, ਆਹ ਮੇਰਾ ਪ੍ਰੋਸੈਸ ਹੈ, ਬਸ ਮੇਰਾ ਮੈਡੀਕਲ ਹੋ ਗਿਆ ਇਹ ਵੋ। ਤੇ ਪਹਿਲਾ ਸਵਾਲ ਮੈਂ ਹੀ ਉਹਨੂੰ ਕੀ ਪੁੱਛਿਆ ਕਿ ਯਾਰ ਤੂੰ ਨਿਊਜ਼ੀਲੈਂਡ ਕਿਉਂ ਜਾਣਾ, ਸਾਰੀ ਦੁਨੀਆ ਕੈਨੇਡਾ ਨੂੰ ਤੁਰੀ ਹੋਈ ਹੈ ਤਾਂ ਤੂੰ ਨਿਊਜ਼ੀਲੈਂਡ ਕਿਉਂ ਚੱਲਿਆ। ਸੋ ਕਹਿਣ ਦਾ ਮਤਲਬ, ਚਾਹੇ ਇੱਕ ਕੰਸਲਟੈਂਟ ਹੈ ਚਾਹੇ ਇੱਕ ਸਟੂਡੈਂਟ ਹੈ, ਫਸਟ ਪ੍ਰੈਫਰੈਂਸ ਹਰ ਬੰਦੇ ਦੀ ਕੈਨੇਡਾ ਬਣੀ ਹੋਈ ਹੈ, ਤਾਂ ਹਰ ਸਟੂਡੈਂਟ ਪੰਜਾਬ ਤੋਂ ਚਾਹੁੰਦਾ ਕਿ ਕੈਨੇਡਾ ਜਾਈਏ। ਸੋ ਕੀ ਚੱਲ ਰਿਹਾ ਕੈਨੇਡਾ ਦੇ ਵਿੱਚ, ਸਟੂਡੈਂਟ ਡਾਇਰੈਕਟ ਸਟ੍ਰੀਮ SDS ਕੈਟਾਗਰੀ ਜਾਂ ਨੋਨ SDS ਕੈਟਾਗਰੀ। ਬੜੇ ਸਟੂਡੈਂਟ ਅੱਜ ਵੀ ਆਉਂਦੇ ਆ, ਅੱਜ ਵੀ ਕਹਿੰਦੇ ਆ ਭਾਜੀ SDS ਕਾਲਜ 'ਚ ਦਾਖਲਾ ਮਿਲ ਜੂਗਾ। ਦੁਬਾਰਾ ਫਿਰ ਇੱਕ ਵਾਰੀ ਦੱਸ ਰਿਹਾ, ਕੋਈ ਵੀ ਕਾਲਜ ਕੈਨੇਡਾ ਦੇ ਵਿੱਚ SDS ਕਾਲਜ ਨਹੀਂ ਹੈਗਾ। SDS ਕਾਲਜ ਨਾਮ ਦੀ ਡੈਫੀਨੇਸ਼ਨ ਐਗਜ਼ਿਸਟ ਨਹੀਂ ਕਰਦੀ, ਕੁਛ ਵੀ ਇੱਦਾਂ ਦਾ ਹੁੰਦਾ ਨਹੀਂ। SDS ਇਜ਼ ਅ ਵੀਜ਼ਾ ਅਪਲਾਈਂਗ ਕੈਟਾਗਰੀ, ਇੱਕ ਤਰੀਕਾ ਵੀਜ਼ਾ ਐਪਲੀਕੇਸ਼ਨ ਅੰਬੈਸੀ 'ਚ ਪਾਉਣ ਦਾ, ਹੋਰ ਇਸ ਤੋਂ ਵੱਧ ਕੁਛ ਨਹੀਂ ਹੈਗਾ।
ਚਾਰ ਕੰਟਰੀਆਂ SDS ਦੇ ਅੰਡਰ ਸੀਗੀਆਂ ਜਦੋਂ SDS ਸ਼ੁਰੂ ਹੋਇਆ ਸੀ, ਔਰ ਇਹ SDS ਤੋਂ ਪਹਿਲਾਂ ਇਹਨੂੰ SPP ਕਹਿੰਦੇ ਸੀ। ਉਦੋਂ SPP ਕਾਲਜਸ ਜ਼ਰੂਰ ਐਗਜ਼ਿਸਟ ਕਰਦੇ ਸੀ, 37 ਕਾਲਜ ਸੀਗੇ, ਫਿਰ ਵਧਾ ਕੇ 47 ਤੱਕ ਚਲ ਗਏ ਇਨਫੈਕਟ, ਜਦੋਂ ਇਹਨਾਂ ਨੇ SPP ਨੂੰ SDS 'ਚ ਕਨਵਰਟ ਕੀਤਾ। ਇੰਡੀਆ, ਵੀਅਤਨਾਮ, ਫਿਲੀਪੀਨਸ, ਚਾਈਨਾ, ਇਹ ਚਾਰ ਕੰਟਰੀਆਂ ਤੋਂ SPP ਸ਼ੁਰੂ ਹੋਇਆ ਸੀ। ਇਹੀ ਚਾਰ ਕੰਟਰੀਆਂ SDS ਦੇ ਅੰਡਰ ਸੀਗੀਆਂ ਜਦੋਂ SPP ਨੂੰ SDS 'ਚ ਕਨਵਰਟ ਕੀਤਾ। ਅੱਜ ਉਹਦੇ ਵਿੱਚ 3 ਕੰਟਰੀਜ਼ ਹੋਰ ਐਡ ਹੋ ਗਈਆਂ। ਸੋ ਅੱਜ ਦੀ ਡੇਟ ਦੇ ਵਿੱਚ SDS ਕੰਟਰੀਜ਼ ਤੁਸੀਂ ਜ਼ਰੂਰ ਕਹਿ ਸਕਦੇ ਹੋ, ਕਿਉਂਕਿ ਇਹੀ 7 ਕੰਟਰੀਆਂ ਹੁਣ ਜਿਹੜੀਆਂ ਹੈਗੀਆਂ, ਇਹੀ 7 ਕੰਟਰੀਆਂ ਤੋਂ ਜਿਹੜਾ ਸਟੂਡੈਂਟ ਅਪਲਾਈ ਕਰਦਾ ਉਹ ਐਲੀਜੀਬਲ ਹੈਗਾ SDS ਦੇ ਅੰਡਰ ਅਪਲਾਈ ਕਰਨ ਦਾ। ਇਹਨਾਂ 7 ਕੰਟਰੀਆਂ ਤੋਂ ਇਲਾਵਾ ਆ ਚਾਰ, ਚਾਈਨਾ, ਇੰਡੀਆ, ਵੀਅਤਨਾਮ, ਫਿਲੀਪੀਨਸ ਤੋਂ ਇਲਾਵਾ 3 ਕੰਟਰੀਆਂ ਜਿਹੜੀਆਂ ਉਹਨਾਂ ਨੇ ਪਾਈਆਂ ਰੀਸੈਂਟਲੀ, ਦੈਟ ਇਜ਼ ਪਾਕਿਸਤਾਨ, ਮੋਰੋਕੋ ਐਂਡ ਸੈਨੇਗਲ। ਇਹਨਾਂ 7 ਕੰਟਰੀਆਂ ਤੋਂ ਇਲਾਵਾ ਕਿਸੇ ਵੀ 8ਵੀਂ ਕੰਟਰੀ ਤੋਂ ਤੁਸੀਂ ਕੈਨੇਡਾ ਦਾ ਵੀਜ਼ਾ ਅਪਲਾਈ ਕਰਨਾ, GIC ਨਾਮ ਦੀ ਚੀਜ਼ ਹੀ ਐਗਜ਼ਿਸਟ ਨਹੀਂ ਕਰਦੀ। ਸੋ ਨੇਪਾਲ ਤੋਂ ਤੁਸੀਂ ਕੱਢਣਾ, ਕਿਸੇ ਨੇ ਬੰਗਲਾਦੇਸ਼ ਤੋਂ ਕਰਨਾ, ਸ਼੍ਰੀਲੰਕਾ ਤੋਂ ਕਰਨਾ, ਤੁਸੀਂ GIC ਭੇਜ ਨਹੀਂ ਸਕਦੇ। ਜਿਹੜੀ ਇੱਥੋਂ ਦੀ GIC ਆਪਾਂ ਸੈਂਡ ਕਰਦੇ ਹਾਂ, ਹਰ ਸਟੂਡੈਂਟ ਨੂੰ ਪਤਾ $10,200 ਭੇਜਦਾ, GIC ਅਕਾਊਂਟ ਖੁੱਲਦਾ। ਸੋ ਆਹ 7 ਕੰਟਰੀਆਂ ਤੋਂ ਇਲਾਵਾ GIC ਹੈ ਹੀ ਨਹੀਂ। ਸੋ ਕੰਟਰੀਜ਼ ਨੂੰ ਤੁਸੀਂ ਚਾਹੇ ਡਿਫਾਈਨ ਕਰ ਸਕਦੇ ਹੋ ਕਿ SDS ਕੰਟਰੀਜ਼ ਨੇ, ਇਹਨਾਂ ਕੰਟਰੀਆਂ ਤੋਂ ਹੀ SDS ਦਾ ਵੀਜ਼ਾ ਅਪਲਾਈ ਹੁੰਦਾ, ਨਹੀਂ ਤਾਂ ਨਹੀਂ ਹੁੰਦਾ। ਸੋ ਸ਼ਰਤਾਂ ਨੇ ਉਹਦੇ ਵਿੱਚ, 3 ਸ਼ਰਤਾਂ ਨੇ ਕਿ ਜੇ ਆਹ 3 ਸ਼ਰਤਾਂ ਬੱਚਾ ਪੂਰੀਆਂ ਕਰਦਾ ਉਹ SDS ਕੈਟਾਗਰੀ 'ਚ ਵੀਜ਼ਾ ਅਪਲਾਈ ਕਰ ਲਵੇ, ਜਿਹੜੇ ਮਰਜ਼ੀ ਕਾਲਜ, ਜਿਹੜੇ ਮਰਜ਼ੀ ਯੂਨੀਵਰਸਿਟੀ, ਚਾਹੇ ਪਬਲਿਕ ਚਾਹੇ ਪ੍ਰਾਈਵੇਟ, ਜਿਹੜੇ ਮਰਜ਼ੀ ਕੈਨੇਡਾ ਦੇ ਪ੍ਰੋਵਿੰਸ ਦੇ ਵਿੱਚ, ਆਹ 3 ਸ਼ਰਤਾਂ ਪੂਰੀਆਂ ਕਰ ਦਿਓ, SDS ਕੈਟਾਗਰੀ 'ਚ ਵੀਜ਼ਾ ਅਪਲਾਈ ਕਰ ਦਿਓ। ਤਿੰਨੋ ਹੀ ਸ਼ਰਤਾਂ ਸਟੂਡੈਂਟ ਲਈ ਹੈ, ਕਿਸੇ ਕਾਲਜ ਲਈ, ਕਿਸੇ ਯੂਨੀਵਰਸਿਟੀ ਲਈ, ਕਿਸੇ ਏਜੰਟ ਲਈ ਕੋਈ ਸ਼ਰਤ ਨਹੀਂ। ਉਹ 3 ਸ਼ਰਤਾਂ ਕੀ ਨੇ? 6 EACH IELTS ਦਾ ਸਕੋਰ ਹੋਣਾ ਚਾਹੀਦਾ। ਸੋ ਭਾਈ ਜੇ ਤੁਹਾਡਾ 6 EACH ਜਾਂ ਇਸ ਤੋਂ ਵੱਧ ਸਕੋਰ ਹੈਗਾ, ਤੁਸੀਂ ਐਲੀਜੀਬਲ ਹੋ, ਇਹ ਪਹਿਲੀ ਸ਼ਰਤ ਹੋ ਗਈ। ਜੇ ਤੁਹਾਡੇ ਕਿਸੇ ਇੱਕ ਮੋਡਿਊਲ 'ਚੋਂ ਵੀ 5.5 ਬੈਂਡ ਰਹਿ ਗਏ, ਬਾਕੀ 3 'ਚ ਚਾਹੇ 9 ਲੈ ਲਓ, ਤੁਸੀਂ SDS ਕੈਟਾਗਰੀ 'ਚ ਵੀਜ਼ਾ ਨਹੀਂ ਜੇ ਅਪਲਾਈ ਕਰ ਸਕਦੇ। ਮੈਂ ਬਾਰ ਬਾਰ ਕਹਿੰਦਾ ਤੁਸੀਂ SDS 'ਚ ਵੀਜ਼ਾ ਨਹੀਂ ਅਪਲਾਈ ਕਰ ਸਕਦੇ, ਮੈਂ ਇਹ ਨਹੀਂ ਕਹਿ ਰਿਹਾ ਕਿ ਵੀਜ਼ਾ ਨਹੀਂ ਆਊਗਾ। 1 'ਚ 5.5 ਵਾਲੇ ਦਾ ਵੀ ਵੀਜ਼ਾ ਆਉਂਦਾ, 2 'ਚ 5.5 ਵਾਲੇ ਦਾ ਵੀ ਵੀਜ਼ਾ ਆਉਂਦਾ, ਬਟ ਉਹ SDS ਨਹੀਂ, ਉਹ ਨੋਨ SDS ਜਾਂ ਜਨਰਲ ਕੈਟਾਗਰੀ ਦੇ ਵਿੱਚ ਵੀਜ਼ਾ ਅਪਲਾਈ ਹੁੰਦਾ। ਸੋ ਪਹਿਲੀ ਸ਼ਰਤ ਹੋ ਗਈ 6 EACH। ਦੂਸਰੀ ਸ਼ਰਤ ਤੇ ਆ ਜਾਈਏ, GIC ਇਜ਼ ਕੰਪਲਸਰੀ। GIC ਕੰਪਲਸਰੀ ਹੈ ਜੇ ਤੁਸੀਂ SDS 'ਚ ਅਪਲਾਈ ਕਰਨਾ। ਜੇ ਨੋਨ SDS ਅਪਲਾਈ ਕਰਦੇ ਹੋ ਫਿਰ GIC ਕੰਪਲਸਰੀ ਨਹੀਂ ਹੈਗਾ, ਫਿਰ ਇਟ ਇਜ਼ ਰੈਕਮੈਂਡਡ। ਦੋ ਵੱਖਰੀਆਂ ਵੱਖਰੀਆਂ ਚੀਜ਼ਾਂ, ਦੋ ਵਰਡਸ ਨੇ, ਉਹਨਾਂ ਦਾ ਡਿਫਰੈਂਸ ਸਮਝ ਲਓ। ਜਿਹੜੇ ਮੇਰੇ ਭਰਾ IELTS ਕਰਦੇ ਨੇ ਉਹਨਾਂ ਨੂੰ ਸ਼ਾਇਦ IELTS ਦੀ ਕੋਚਿੰਗ ਦੇ ਵਿੱਚ ਇਹ ਡਿਫਰੈਂਸ ਕਿਸੇ ਨਾ ਕਿਸੇ ਨੇ ਜ਼ਰੂਰ ਸਮਝਾਇਆ ਹੋਊਗਾ ਕਿ ਕੰਪਲਸਰੀ ਦਾ ਮਤਲਬ ਹੈ ਲਾਜ਼ਮੀ, ਕਿ ਇਹ ਹੋਣਾ ਹੀ ਚਾਹੀਦਾ, ਨਹੀਂ ਤਾਂ ਨਹੀਂ ਹੋਊਗਾ। ਰੈਕਮੈਂਡਡ ਦਾ ਮਤਲਬ ਇਹ ਹੈ ਕਿ ਅੰਬੈਸੀ ਵੱਲੋਂ ਸਲਾਹ ਹੈ ਕਿ ਤੁਸੀਂ GIC ਪਾ ਕੇ ਆਓ ਤਾਂ ਚੰਗੀ ਗੱਲ ਹੈ, ਨਹੀਂ ਪਾ ਕੇ ਆਓਗੇ ਤਾਂ ਇਹਦੇ ਕਰਕੇ ਤੁਹਾਨੂੰ ਵੀਜ਼ਾ ਅਪਲਾਈ ਕਰਨ ਨੂੰ ਕੋਈ ਨਹੀਂ ਰੋਕ ਸਕਦਾ। ਸੋ ਕੰਪਲਸਰੀ 6 EACH, ਕੰਪਲਸਰੀ GIC ਟ੍ਰਾਂਸਫਰ ਇੰਟੂ ਦਾ ਬੈਂਕ ਅਕਾਊਂਟ ਇਨ ਕੈਨੇਡਾ, ਐਂਡ 3rd ਇਜ਼ 1 ਸਾਲ ਦੀ ਟਿਊਸ਼ਨ ਫੀਸ। ਬਹੁਤ ਸਾਰੇ ਸਟੂਡੈਂਟ ਅੱਗੇ ਵੀ 6 ਮਹੀਨੇ ਦੀਆਂ ਫੀਸਾਂ ਦੇ ਕੇ ਗਏ ਸੀ, ਅੱਜ ਵੀ 6 ਮਹੀਨੇ ਦੀ ਫੀਸ ਦੇ ਕੇ ਜਾਂਦੇ ਆ, ਬਟ ਉਹ SDS ਕੈਟਾਗਰੀ 'ਚ ਨਹੀਂ ਪੈਂਦੀ ਪਈ ਫਾਈਲ, ਉਹ ਨੋਨ SDS ਹੈ। SDS ਲਈ 1 ਸਾਲ ਦੀ ਟਿਊਸ਼ਨ ਫੀਸ ਕੰਪਲਸਰੀ ਹੈ, ਉਹ ਤੁਸੀਂ ਭਰਦੇ। ਸੋ ਆਹ 3 ਸ਼ਰਤਾਂ ਪੂਰੀਆਂ ਕਰ ਲਓ, SDS ਕੈਟਾਗਰੀ 'ਚ ਵੀਜ਼ਾ ਪਾ ਦਿਓ, ਵੀਜ਼ਾ ਲੈ ਲਓ।
ਤੁਸੀਂ ਕਹਿੰਦੇ ਭਾਅ ਜੀ ਮੇਰੇ ਕੋਲ ਆ 3 ਸ਼ਰਤਾਂ ਪੂਰੀਆਂ ਨਹੀਂ ਹੁੰਦੀਆਂ, ਇੱਕ 'ਚ 5.5 ਨੇ, ਜਾਂ ਮੇਰਾ ਬਜਟ ਨਹੀਂ ਹੈਗਾ, ਮੈਂ GIC ਨਹੀਂ ਭੇਜਣਾ ਭੇਜ ਸਕਦਾ, ਸਿਰਫ ਟਿਊਸ਼ਨ ਫੀਸ ਭੇਜ ਸਕਦਾ, ਜਾਂ ਮੈਂ GIC ਭੇਜ ਦੂੰਗਾ ਫਿਰ ਮੇਰੇ ਤੋਂ ਸਾਲ ਦੀ ਫੀਸ ਨਹੀਂ ਭੇਜੀ ਜਾਂਦੀ, ਫਿਰ ਮੈਂ ਸਿਰਫ 6 ਮਹੀਨੇ ਦੀ ਫੀਸ ਭੇਜ ਸਕਦਾ ਵਾਂ, ਤੇ ਇਹ ਮੇਰੇ ਕੋਲ ਇੰਨੇ ਕੀ ਪੈਸੇ ਆ, ਤੇ ਤੁਸੀਂ ਮੇਰਾ ਨੋਨ SDS 'ਚ ਪਾ ਦਿਓ ਵੀਜ਼ੇ। ਉਹ 'ਚ ਵੀ ਲੱਗਦੇ ਨੇ ਬਹੁਤ ਸਾਰੇ ਵੀਜ਼ੇ ਰੈਗੂਲਰ ਬੇਸਿਸ ਤੇ, ਵੈਨ ਆਈ ਸੇ ਰੈਗੂਲਰ ਬੇਸਿਸ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਟਾਵਾਂ ਟਾਵਾਂ ਕਿਤੇ ਮਹੀਨੇ 'ਚ ਇੱਕ ਲੱਗ ਗਿਆ ਜਾਂ ਹਫ਼ਤੇ 'ਚ ਇੱਕ ਲੱਗ ਗਿਆ, ਔਨ ਅ ਡੇਲੀ ਬੇਸਿਸ ਰੋਜ਼ ਮਰਾ ਜੇ ਇੱਕ ਹਫ਼ਤੇ 'ਚ ਆਪਾਂ 5 ਦਿਨਾਂ ਦੀ ਗੱਲ ਕਰ ਲਈਏ, ਵਰਕਿੰਗ ਡੇਜ਼ ਨੇ ਅੰਬੈਸੀ ਦੇ, ਤੇ 5 'ਚੋਂ 5 ਹੀ ਦਿਨ ਨੋਨ SDS ਕੈਟਾਗਰੀ ਦਾ ਵੀ ਵੀਜ਼ਾ ਆਉਂਦਾ। ਔਰ ਤੁਸੀਂ ਕਿਸੇ ਵੀ ਓਨ ਗਲੋਬਲ ਦੀ ਬ੍ਰਾਂਚ 'ਚ ਵਿਜ਼ਿਟ ਕਰਕੇ ਉਹਨੂੰ ਕਹਿ ਦਿਓ ਕਿ ਭਾਈ ਕੱਲ੍ਹ ਦੇ ਵੀਜ਼ੇ ਦਿਖਾ ਦੇ, ਪਰਸੋਂ ਦੇ ਦਿਖਾ ਦੇ, ਉਹਨਾਂ ਦਾ IELTS ਦਾ ਸਕੋਰ ਦਿਖਾ ਦੇ, ਨਾਲ ਆਪਣਾ ਪ੍ਰੋਫਾਈਲ ਮੈਚ ਕਰ ਲਓ ਉਹਦੇ ਨਾਲ ਜੇ ਤੁਹਾਨੂੰ ਲੱਗਦਾ ਠੀਕ ਹੈ, ਜ਼ਰੂਰ ਅਪਲਾਈ ਕਰੋ। ਨਹੀਂ ਸੈਟਿਸਫੈਕਸ਼ਨ ਹੁੰਦੀ ਕਿਸੇ ਹੋਰ ਕੋਲੋਂ ਜਾ ਕੇ ਅਪਲਾਈ ਕਰ ਲਓ, ਪਰ ਪਹਿਲਾਂ ਸਮਝ ਲਓ ਕਿ ਰੂਲਸ ਕੀ ਨੇ, ਰੈਗੂਲੇਸ਼ਨ ਕੀ ਨੇ। ਬਾਅਦ 'ਚ ਕਿਸੇ ਦਾ ਆਪਾਂ ਉਂਗਲੀ ਚੁੱਕਦੇ ਹਾਂ ਕਿ ਲਓ ਜੀ ਮੇਰਾ ਤਾਂ ਵੀਜ਼ਾ ਫਲਾਣੇ ਨੇ ਰਿਜੈਕਟ ਕਰਾਤਾ। ਸੋ SDS ਨੋਨ SDS ਦੋਨੋਂ ਕੈਟਾਗਰੀਜ਼, ਦੋਨਾਂ 'ਚ ਵੀਜ਼ੇ ਲੱਗਦੇ ਨੇ, ਦੋਨਾਂ 'ਚ ਵੀਜ਼ੇ ਅਪਲਾਈ ਹੁੰਦੇ ਨੇ। ਬਹੁਤ ਸਾਰੇ ਸਟੂਡੈਂਟਸ ਅੱਜ ਦੀ ਡੇਟ 'ਚ ਕਹਿੰਦੇ ਜੀ ਭਾਅ ਜੀ ਮੋਂਟਰੀਅਲ ਭੇਜ ਦਿਓ। ਮੋਂਟਰੀਅਲ ਕਿਉਂ ਭੇਜ ਦਿਓ? ਕਿਉਂਕਿ ਮੋਂਟਰੀਅਲ ਦੇ ਵਿੱਚ ਜਿਹੜਾ ਵੀਜ਼ਾ ਅਪਲਾਈ ਹੁੰਦਾ ਉਹਦੇ ਵਿੱਚ ਪੋਸਟ ਸਟੱਡੀ ਵਰਕ ਵੀਜ਼ਾ ਮਿਲਦਾ ਜਦੋਂ ਬੱਚਾ ਮੋਂਟਰੀਅਲ ਤੋਂ ਪੜ੍ਹਿਆ, ਮੋਂਟਰੀਅਲ ਤੋਂ ਪੜ੍ਹਨ ਤੋਂ ਬਾਅਦ ਪ੍ਰਾਈਵੇਟ ਕਾਲਜ ਨੂੰ ਵੀ ਪੋਸਟ ਸਟੱਡੀ ਵਰਕ ਵੀਜ਼ਾ ਮਿਲਦਾ। ਸ਼ਰਤ ਕੀ ਹੈ ਕੈਨੇਡਾ ਦੇ ਵਿੱਚ ਪੋਸਟ ਸਟੱਡੀ ਵਰਕ ਵੀਜ਼ਾ ਦੀ? ਜਾਂ ਤਾਂ ਤੁਸੀਂ ਕਿਸੇ ਗਵਰਨਮੈਂਟ ਕਾਲਜ ਤੋਂ ਪੜ੍ਹੋਗੇ, ਜਾਂ ਕਿਸੇ ਯੂਨੀਵਰਸਿਟੀ ਤੋਂ ਪੜ੍ਹੋਗੇ, ਜਾਂ ਕੁਛ ਕਾਲਜਸ ਦੇ ਵਿੱਚ ਇੱਦਾਂ ਦੇ ਪ੍ਰੋਗਰਾਮਸ ਨੇ ਬੈਚਲਰਸ ਵਾਲੇ ਜਿਨ੍ਹਾਂ ਨੂੰ ਤੁਸੀਂ ਪੜ੍ਹਨ ਤੋਂ ਬਾਅਦ ਤੁਹਾਨੂੰ ਪੋਸਟ ਸਟੱਡੀ ਵਰਕ ਵੀਜ਼ਾ ਮਿਲਦਾ। ਕਿਊਬੈਕ ਇਜ਼ ਦੀ ਓਨਲੀ ਪ੍ਰੋਵਿੰਸ ਸਾਰੇ ਕੈਨੇਡਾ ਦੇ ਵਿੱਚ ਕਿ ਜੇ ਤੁਸੀਂ ਕਿਊਬੈਕ ਦੇ ਕਿਸੇ ਵੀ ਕਾਲਜ ਤੋਂ ਪੜ੍ਹਾਈ ਕੀਤੀ ਹੈ ਤੁਹਾਨੂੰ ਪੋਸਟ ਸਟੱਡੀ ਵਰਕ ਵੀਜ਼ਾ ਮਿਲਦਾ। ਸੋ ਬਹੁਤ ਸਾਰੇ ਸਟੂਡੈਂਟਸ ਆ ਕੇ ਕਹਿੰਦੇ ਆ ਕਿ ਭਾਅ ਜੀ ਮੈਨੂੰ ਮੋਂਟਰੀਅਲ ਪਾ ਦਿਓ। ਹੁਣ ਮੋਂਟਰੀਅਲ ਦੀ ਪ੍ਰੋਬਲਮ ਸੁਣ ਲਓ ਕੀ ਹੈ। SDS 'ਚ ਪੈਣਾ, ਮੋਂਟਰੀਅਲ ਦੇ ਕਾਲਜ 'ਚ ਨਹੀਂ ਪੈ ਸਕਦੇ। ਮੋਂਟਰੀਅਲ ਦੇ ਵਿੱਚ ਸ਼ਰਤ ਹੈ ਕੋਈ ਵੀ ਕਾਲਜ ਕਿਸੇ ਵੀ ਸਟੂਡੈਂਟ ਤੋਂ ਸਾਲ ਦੀ ਫੀਸ ਲੈ ਹੀ ਨਹੀਂ ਸਕਦਾ। ਜਦੋਂ ਸਾਲ ਦੀ ਫੀਸ ਲੈ ਹੀ ਨਹੀਂ ਸਕਦਾ ਉਹ ਤੁਹਾਨੂੰ ਸਾਲ ਦੀ ਰਸੀਦ ਨਹੀਂ ਦੇ ਸਕਦਾ। ਜਦੋਂ ਤੁਹਾਨੂੰ ਸਾਲ ਦੀ ਰਸੀਦ ਨਹੀਂ ਦੇ ਸਕਦਾ ਉਦੋਂ SDS ਦੀਆਂ 3 ਸ਼ਰਤਾਂ 'ਚੋਂ ਇੱਕ ਸ਼ਰਤ ਖਤਮ ਹੋ ਜਾਂਦੀ ਹੈ, ਵਿਚ ਇਜ਼ 1 ਈਅਰ ਟਿਊਸ਼ਨ ਫੀਸ। ਸੋ ਉਸ ਕਰਕੇ ਮੋਂਟਰੀਅਲ ਦਾ ਜੇ ਤੁਸੀਂ ਰਿਜ਼ਲਟ ਦੇਖ ਲਓ ਆਪਣੇ ਆਲੇ ਦੁਆਲੇ, ਆਪਣੇ ਸ਼ਹਿਰ 'ਚ, ਆਪਣੇ ਪਿੰਡ ਦੇ ਵਿੱਚ, ਆਪਣੇ ਜਾਣ ਪਛਾਣ, ਮੋਂਟਰੀਅਲ ਦੇ ਵਿੱਚ ਰਿਫਿਊਜ਼ਲ ਰੇਟ ਸਭ ਤੋਂ ਜ਼ਿਆਦਾ। ਸੋ ਕਾਲਜਸ ਆਪਾਂ ਡਿਸਾਈਡ ਕਰਨੇ ਜਾਂ ਕੋਰਸ ਡਿਸਾਈਡ ਕਰਨੇ, ਇਹੀ ਇੱਕ ਕੰਸਲਟੈਂਟ ਦਾ ਕੰਮ ਹੈ ਕਿ ਤੁਹਾਨੂੰ ਸਹੀ ਰਾਹ ਪਾਉਣਾ ਕਿ ਭਾਈ ਇਸ ਤਰੀਕੇ ਦੇ ਨਾਲ ਵੀਜ਼ਾ ਲੱਗਦਾ ਹੈ। ਬਹੁਤ ਸਾਰੇ ਸਟੂਡੈਂਟਸ ਕਹਿੰਦੇ ਆ, ਕਈ ਸਟੂਡੈਂਟਸ ਨੂੰ ਪ੍ਰਾਈਵੇਟ ਕਾਲਜਸ ਦੇ ਵਿੱਚ ਭੇਜਿਆ, ਕਿਉਂ ਪ੍ਰਾਈਵੇਟ ਕਾਲਜਸ ਦੇ ਵਿੱਚ ਭੇਜਿਆ? ਭਾਜੀ ਮੈਂ 3 ਮਹੀਨੇ ਵੇਟ ਨਹੀਂ ਜੇ ਕਰਨੀ ਆਫਰ ਲੈਟਰ ਦੀ, ਕਿਉਂਕਿ ਗੌਰਮੈਂਟ ਕਾਲਜ ਆਫਰ ਲੈਟਰ ਦੀ ਵੇਟ ਕਰਾਉਂਦਾ। ਭਾਜੀ ਮੈਂ ਇਸ ਕੋਰਸ ਦੇ ਵਿੱਚ ਹੀ ਜਾਣਾ ਚਾਹੁੰਦਾ ਔਰ ਇਸੇ ਇਨਟੇਕ ਦੇ ਵਿੱਚ ਜਾਣਾ ਚਾਹੁੰਦਾ, ਮੈਨੂੰ ਕਾਲਜ ਦੇ ਨਾਲ ਕੋਈ ਫਰਕ ਨਹੀਂ। ਸੋ ਵੈਨ ਯੂ ਹੈਵ ਓਪਨ ਐਟੀਟਿਊਡ ਕਿ ਹਾਂ ਮੈਂ ਜਾਣਾ, ਮੈਂ ਇਸ ਤਰੀਕੇ ਦੇ ਨਾਲ ਜਾਣਾ। ਹਾਂ ਬਹੁਤ ਸਾਰੇ ਸਟੂਡੈਂਟਸ ਨੇ ਕਿ ਆਹ ਪਰਟੀਕੁਲਰ ਕੋਰਸ ਹੈ ਇਸ ਪਰਟੀਕੁਲਰ ਕਾਲਜ ਦੇ ਵਿੱਚ, ਮੈਂ ਉੱਥੇ ਜਾਣਾ, ਇਨਟੇਕ ਦੀ ਕੋਈ ਗੱਲ ਨਹੀਂ, ਚਾਹੇ ਮੈਨੂੰ 6 ਮਹੀਨੇ ਬਾਅਦ ਜਾਣਾ ਪੈ ਜਾਵੇ। ਸੋ ਇਹੀ ਚੀਜ਼ ਘੁੰਮ ਫਿਰ ਕੇ ਦੁਬਾਰਾ ਕਿੱਥੇ ਆ ਜਾਂਦੀ ਕਿ ਤੁਹਾਡੀ ਪਰਸਨਲਾਈਜ਼ਡ ਕਾਉਂਸਲਿੰਗ। ਸੋ ਉਹ ਪਰਸਨਲਾਈਜ਼ਡ ਕਾਉਂਸਲਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਕਿਸੇ 5 ਬੈਂਡ ਵਾਲੇ ਦਾ ਵੀਜ਼ਾ ਲੱਗ ਗਿਆ, ਇਹਦਾ ਮਤਲਬ ਇਹ ਨਹੀਂ ਹੈਗਾ ਕਿ 6 ਵਾਲੇ ਦਾ ਵੀ ਲੱਗ ਜਾਣਾ, ਇਹਦਾ ਮਤਲਬ ਇਹ ਨਹੀਂ ਹੈਗਾ ਕਿ 7 ਵਾਲੇ ਦਾ ਵੀ ਲੱਗ ਜਾਣਾ। ਜੇ ਕਿਸੇ ਦੇ 50% ਵਾਲੇ ਦਾ ਵੀਜ਼ਾ ਲੱਗ ਗਿਆ ਤੇ 60% ਵਾਲਾ ਬੰਦਾ ਇਹ ਨਹੀਂ ਸੋਚ ਸਕਦਾ ਕਿ ਇਹਦਾ ਵੀ ਲੱਗ ਗਿਆ ਮੇਰਾ ਵੀ ਲੱਗੂਗਾ ਹੀ। ਹਾਂ ਤੇਰਾ ਵੀ ਲੱਗ ਸਕਦਾ, ਪਰ ਭਾਈ ਵੀਜ਼ਾ ਅੰਬੈਸੀ ਨੇ ਦੇਣਾ, ਡਿਸਕ੍ਰੀਸ਼ਨ ਅੰਬੈਸੀ ਦੀ ਹੈ। ਸੋ ਦਿਸ ਇਜ਼ ਕੈਨੇਡਾ
ਪਰਸਨਲਾਈਜ਼ਡ ਕਾਉਂਸਲਿੰਗ ਟੁਮੋਰੋ ਫਰਾਈਡੇ ਜਲੰਧਰ ਔਰ ਸੈਟਰਡੇ ਨੂੰ ਅੰਮ੍ਰਿਤਸਰ। ਡਾਕੂਮੈਂਟ ਚੱਕੋ, ਡਾਕੂਮੈਂਟ ਲੈ ਕੇ ਆ ਜਾਓ, ਆਰਾਮ ਨਾਲ ਆਪਣੇ ਪ੍ਰੋਫਾਈਲ ਬਾਰੇ ਡਿਸਕਸ ਕਰੋ, ਆਪਣੀਆਂ ਆਪਸ਼ਨਸ ਦੱਸੋ, ਆਪਣੀ ਰਿਕੁਆਇਰਮੈਂਟ ਦੱਸੋ, ਸਾਡੇ ਕੋਲੋਂ ਆਪਸ਼ਨਸ ਲੈ ਲਓ, ਘਰ ਜਾਓ, ਘਰ ਜਾ ਕੇ ਸੋਚੋ ਕੀ ਕਰਨਾ ਚਾਹੁੰਦੇ ਹੋ, ਚੰਗਾ ਲੱਗਦਾ ਅਪਲਾਈ ਕਰੋ, ਨਹੀਂ ਚੰਗਾ ਲੱਗਦਾ ਆਰਾਮ ਨਾਲ ਇੰਡੀਆ 'ਚ ਕੰਮ ਕਰ। ਕੈਨੇਡਾ ਤੋਂ ਬਾਅਦ ਆ ਜਾਈਏ ਜੀ, ਸੈਕਿੰਡ ਆਸਟ੍ਰੇਲੀਆ, ਬੜਾ ਰੌਲਾ ਜੀ। ਅਸੈਸਮੈਂਟ ਲੈਵਲ 3 ਚ ਪਾਤਾ ਇੰਡੀਆ ਨੂੰ, ਵੀਜ਼ੇ ਨਹੀਂ ਆਣੇ, ਯੇ ਨਹੀਂ ਹੋਣਾ, ਉਹ ਨਹੀਂ ਹੋਣਾ, ਹੁਣ ਅੰਬੈਸੀ ਚ ਫੰਡ ਜਾਣੇ ਆ। ਭਾਈ ਪਹਿਲਾਂ ਵੀ ਇੰਡੀਆ ਅਸੈਸਮੈਂਟ ਲੈਵਲ 3 ਚ ਸੀ ਜੀ, ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਚਲ ਜਾਈਏ, ਉਸ ਤੋਂ ਬਾਅਦ ਉਹਨੂੰ ਅਸੈਸਮੈਂਟ ਲੈਵਲ 2 ਚ ਲੈ ਕੇ ਆਉਂਦਾ। ਜਦੋਂ 3 ਚ ਸੀ ਵੀਜ਼ੇ ਉਦੋਂ ਵੀ ਲੱਗੇ, ਜਦੋਂ 2 ਚ ਆ ਗਿਆ ਵੀਜ਼ੇ ਉਦੋਂ ਵੀ ਲੱਗੇ, ਹੁਣ ਦੁਬਾਰਾ 3 ਚ ਹੈ। ਜੇ ਕੋਈ ਬੰਦਾ ਫੇਸਬੁੱਕ ਪੇਜ ਤੇ ਸਾਨੂੰ ਫੋਲੋ ਕਰਦਾ, ਆਈ ਥਿੰਕ 20 ਤਰੀਕ ਦੇ ਆਸ ਪਾਸ, ਇਸ ਮਹੀਨੇ 20 ਤਰੀਕ ਦੇ ਆਸ ਪਾਸ ਇੰਡੀਆ ਨੂੰ ਅਸੈਸਮੈਂਟ ਲੈਵਲ, 23 ਸਪਟੈਂਬਰ ਨੂੰ ਇੰਡੀਆ ਨੂੰ ਅਸੈਸਮੈਂਟ ਲੈਵਲ 3 ਚ ਪਾਇਆ ਗਿਆ। ਸੋ 23 ਸਪਤੰਬਰ ਤੋਂ ਹੁਣ ਤੱਕ ਦੀ ਗਿਣਤੀ ਕਰ ਲਓ, ਫੇਸਬੁੱਕ ਪੇਜ ਤੇ ਜਾ ਕੇ ਦੇਖ ਲਓ ਕਿੰਨੇ ਆਸਟ੍ਰੇਲੀਆ ਦੇ ਵੀਜ਼ਾਸ ਪੋਸਟਡ ਨੇ। ਜੇ ਤੁਹਾਨੂੰ ਲੱਗਦਾ ਕਿ ਉਹ ਰੀਸੈਂਟ ਵੀਜ਼ਾਸ ਨੇ ਔਰ ਇੰਡੀਆ ਦੇ ਅਸੈਸਮੈਂਟ ਲੈਵਲ 3 ਚ ਹੋਣ ਤੋਂ ਬਾਅਦ ਉਹ ਵੀਜ਼ਾਸ ਆਏ ਨੇ, ਦੈਟ ਮੀਨਸ ਕਿ ਵੀਜ਼ੇ ਅੱਜ ਵੀ ਲੱਗਦੇ ਆ। ਕਿਤੇ ਵੀ ਇਹ ਨਹੀਂ ਲਿਖਿਆ ਕਿ ਇੰਡੀਆ ਨੂੰ 3 ਚ ਪਾਉਣ ਦਾ ਮਤਲਬ ਹੈ ਕਿ ਵੀਜ਼ੇ ਰਿਫਿਊਜ਼ ਕਰਾਂਗੇ। ਜੇ ਅੰਬੈਸੀ ਔਰ ਵੀਜ਼ਾ ਆਫੀਸਰ ਚਾਹੇ ਤੇ ਚਾਹੇ ਇੰਡੀਆ ਨੂੰ ਅਸੈਸਮੈਂਟ ਲੈਵਲ 1 ਚ ਕਰ ਦਿਓ, ਜੇ ਉਹਨਾਂ ਨੇ ਰਿਫਿਊਜ਼ ਕਰਨਾ ਤੇ ਕਰ ਹੀ ਦੇਣਾ। ਫਾਈਲ ਦੀ ਪ੍ਰੈਜੈਂਟੇਸ਼ਨ, ਕਾਲਜ ਯੂਨੀਵਰਸਿਟੀ ਦੀ ਚੋਇਸ, ਕੋਰਸ ਦੀ ਸਿਲੈਕਸ਼ਨ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਲਟੀਮੇਟਲੀ ਤੁਹਾਡੇ ਵੀਜ਼ੇ ਦੇ ਉੱਤੇ ਇਫੈਕਟ ਕਰਦੀਆਂ ਕਿ ਕੀ ਵੀਜ਼ਾ ਮਿਲਣਾ ਤੇ ਕੀ ਵੀਜ਼ਾ ਨਹੀਂ ਮਿਲਣਾ। ਇੰਡੀਆ ਦੇ ਅਸੈਸਮੈਂਟ ਲੈਵਲ 3 ਚ ਜਾਣ ਨਾਲ ਸਿਰਫ ਜਿਹੜਾ ਫਰਕ ਪਿਆ, ਉਹ ਫਰਕ ਕੀ ਪਿਆ, ਅੱਗੇ 2 ਚ ਹੋਣ ਤੋਂ ਬਾਅਦ ਇੰਡੀਆ ਦਾ ਅਸੈਸਮੈਂਟ ਲੈਵਲ 2 ਦੇ ਕਾਲਜਿਸ ਔਰ ਯੂਨੀਵਰਸਿਟੀਜ਼ ਦੇ ਵਿੱਚ ਸਟ੍ਰੀਮਲਾਈਨ ਵੀਜ਼ਾ ਪ੍ਰੋਸੈਸ ਬਣਦਾ ਸੀ, ਹੁਣ ਸਿਰਫ ਇੰਡੀਆ ਦਾ ਆਸਟ੍ਰੇਲੀਆ ਦੀ ਲੈਵਲ 1 ਯੂਨੀਵਰਸਿਟੀ ਦੇ ਵਿੱਚ ਸਟ੍ਰੀਮਲਾਈਨ ਵੀਜ਼ਾ ਪ੍ਰੋਸੈਸ ਬਣਦਾ। ਇਹਦਾ ਮਤਲਬ ਜੇ ਲੈਵਲ 1 ਦੀ ਯੂਨੀਵਰਸਿਟੀ 'ਚ ਜਾਂਦੇ ਹੋ ਤੇ ਅੱਜ ਵੀ ਫੰਡ ਨਹੀਂ ਚਾਹੀਦੇ। ਯੂਨੀਵਰਸਿਟੀ ਤੁਹਾਡੀ ਫਾਈਨੈਂਸ਼ੀਅਲ ਬੈਕਗ੍ਰਾਉਂਡ ਜ਼ਰੂਰ ਚੈੱਕ ਕਰੇਗੀ, ਯੂਨੀਵਰਸਿਟੀ ਆਪਣੀ GTE ਕੱਢਣ ਲਈ, ਜਿਹਨੂੰ ਜੈਨੂਇਨ ਟੈਂਪਰੇਰੀ ਐਂਟਰੈਂਟ ਕ੍ਰਾਈਟੀਰੀਆ ਕਹਿੰਦੇ ਆ, ਇੰਟਰਵਿਊ ਵੀ ਲੈ ਸਕਦੀ ਹੈ, ਫੰਡਸ ਵੈਰੀਫਾਈ ਵੀ ਕਰ ਸਕਦੀ ਹੈ, ਇਨਕਮ ਟੈਕਸ ਰਿਟਰਨਾਂ ਵੀ ਲੈਂਦੀ ਹੈ। ਸੋ ਹੋਰ ਹਰ ਤਰੀਕੇ ਦਾ ਆਪਣਾ ਆਪਣਾ ਕਨਸੈਪਟ ਬਣਾਇਆ ਹੋਇਆ ਯੂਨੀਵਰਸਿਟੀਜ਼ ਨੇ ਤੁਹਾਨੂੰ ਐਡਮਿਸ਼ਨ ਦੇਣ ਲਈ ਔਰ GTE ਚੈੱਕ ਕਰਨ ਲਈ। ਸੋ ਸਿਰਫ ਫਰਕ ਕੀ ਪਿਆ 2 ਤੋਂ 3 ਆਉਣ ਦੇ ਵਿੱਚ, ਕਿ ਲੈਵਲ 2 ਦੀ ਯੂਨੀਵਰਸਿਟੀ ਦੇ ਨਾਲ ਇੰਡੀਆ ਦਾ ਸਟ੍ਰੀਮਲਾਈਨ ਵੀਜ਼ਾ ਪ੍ਰੋਸੈਸਿੰਗ ਬੰਦ ਹੋ ਗਿਆ, ਉਹਦੇ ਲਈ ਫੰਡਸ ਵੀ ਅਪਲੋਡ ਕਰਨੇ, ਔਰ ਇੱਕ ਸਟੂਡੈਂਟ ਨੂੰ ਤਾਂ ਇਹ ਚੀਜ਼ ਪਤਾ ਹੀ ਨਹੀਂ ਲੱਗਦੀ। ਪਤਾ ਲੱਗਦੀ ਹੈ ਸਾਨੂੰ, ਕਿੱਦਾਂ ਪਤਾ ਲੱਗਦੀ ਹੈ, ਕਦੋਂ ਪਤਾ ਲੱਗਦੀ ਹੈ, ਜਦੋਂ ਐਪਲੀਕੇਸ਼ਨ ਅੰਬੈਸੀ ਦੇ ਵਿੱਚ ਅਪਲੋਡ ਕਰਨ ਦੀ ਗੱਲ ਕਰਦੇ ਹਾਂ, ਜਦੋਂ ਫਾਈਲ ਲੌਂਚ ਕਰਦੇ ਹਾਂ। ਜੇ ਮੇਰਾ ਕੋਈ ਵੀਰ ਦੇਖਣਾ ਚਾਹੁੰਦਾ, ਜਦੋਂ ਮੈਨੂੰ ਮਿਲਦੇ ਹੋ, ਮੈਂ ਤੁਹਾਨੂੰ ਦਿਖਾਊਂਗਾ ਕਿ ਫਾਈਲ ਅਪਲੋਡ ਕਰਨ ਲੱਗੇ ਡਾਕੂਮੈਂਟ ਚੈੱਕ ਲਿਸਟ ਆਉਂਦੀ ਹੈ। ਅੱਗੇ ਲੈਵਲ 2 ਦੀ ਯੂਨੀਵਰਸਿਟੀ ਦੇ ਵਿੱਚ ਜਦੋਂ ਅਪਲਾਈ ਕਰਦੇ ਸੀਗੇ, ਜਦੋਂ ਇੰਡੀਆ 2 ਦੇ ਵਿੱਚ ਸੀਗਾ, ਤੇ ਉਹ ਚੈੱਕ ਲਿਸਟ ਦੇ ਵਿੱਚ ਇੰਗਲਿਸ਼ ਪ੍ਰੋਫੀਸ਼ੀਐਂਸੀ ਔਰ ਫਾਈਨੈਂਸ਼ੀਅਲ ਰਿਕੁਆਇਰਮੈਂਟਸ ਨਹੀਂ ਸੀ ਆਉਂਦੀਆਂ, ਹੁਣ ਆਉਣ ਲੱਗ ਗਈਆਂ। ਔਨ ਦੀ ਅਦਰ ਹੈਂਡ, ਲੈਵਲ 1 ਦੀ ਯੂਨੀਵਰਸਿਟੀ ਦੇ ਵਿੱਚ ਅੱਗੇ ਵੀ ਨਹੀਂ ਸੀ ਆਉਂਦੀਆਂ, ਹੁਣ ਵੀ ਨਹੀਂ ਆਉਂਦੀਆਂ। ਸੋ ਇਹ ਡਿਫਰੈਂਸ ਇੱਕ ਕੰਸਲਟੈਂਟ ਨੂੰ ਪਤਾ ਲੱਗਦਾ ਜਿਹੜਾ ਫਾਈਲਸ ਲੌਂਚ ਕਰਦਾ। ਸਟੂਡੈਂਟ ਲਈ ਤਾਂ ਹਊਆ ਬਣਾਇਆ, ਡਰਾਉਣ ਲਈ ਬਣਾਇਆ ਜੀ, ਉਹ ਲੈਵਲ 3 ਚ ਆ ਗਿਆ, ਵੀਜ਼ੇ ਨਹੀਂ ਲੱਗਣੇ, ਯੇ ਨਹੀਂ ਲੱਗਣੇ, ਉਹ ਨਹੀਂ ਲੱਗਣੇ। ਭਾਈ ਕਾਗਜ਼ ਚੱਕੋ, ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਦਿਖਾਊਂਗਾ ਵੀਜ਼ਾ ਕਿੱਦਾਂ ਲੱਗਦਾ। ਪੈਸੇ ਉਦੋਂ ਦਿਓ ਜਦੋਂ ਤੁਹਾਡਾ ਵੀਜ਼ਾ ਲੱਗ ਜਾਊਗਾ, ਉਸ ਤੋਂ ਪਹਿਲਾਂ ਕੋਈ ਪੈਸੇ ਨਾ ਦਿਓ, 1 ਰੁਪਏ ਦਾ ਵੀ ਨੁਕਸਾਨ ਨਹੀਂ ਹੋਊਗਾ। ਜਦੋਂ ਮੈਂ ਤੁਹਾਡੇ ਤੋਂ ਪੈਸੇ ਹੀ ਨਹੀਂ ਲੈ ਰਿਹਾ, ਫਿਰ ਮੈਂ ਉਹ ਐਪਲੀਕੇਸ਼ਨ ਕਿੱਦਾਂ ਫੜੂੰਗਾ ਜਿਹਦਾ ਮੈਨੂੰ ਲੱਗਦਾ ਕਿ ਵੀਜ਼ਾ ਨਹੀਂ ਆਉਣਾ, ਹੈ ਨਾ। ਐਕਸਪੈਰੀਮੈਂਟ ਤਾਂ ਤੁਹਾਡੇ ਨਾਲ ਉਹ ਬੰਦਾ ਕਰੇ ਜਿਹਨੇ ਤੁਹਾਡੇ ਤੋਂ 20-25 ਹਜ਼ਾਰ 50 ਹਜ਼ਾਰ ਪ੍ਰੋਸੈਸਿੰਗ ਫੀਸ ਦਾ ਲੈ ਲਿਆ, ਫੀਸ ਟ੍ਰਾਂਸਫਰ ਕਰਨ ਦੇ ਵਿੱਚ ਉੱਥੇ ਡਾਲਰ ਦੀ ਕਨਵਰਜਨ ਰੇਟ 'ਚ ਹੋਰ 2-4 ਰੁਪਏ ਉਹ ਚੁੱਕ ਮਾ ਲਏ। ਸੋ ਜਦੋਂ ਇਹ ਸਾਰੀਆਂ ਚੀਜ਼ਾਂ
ਹੋਣੀਆਂ ਹੀ ਨਹੀਂ, ਜਦੋਂ ਪੈਸੇ ਉਦੋਂ ਮਿਲਣੇ ਜਦੋਂ ਤੁਹਾਡਾ ਕੰਮ ਹੋ ਗਿਆ, ਤੇ ਤੁਹਾਨੂੰ ਵੀਜ਼ੇ ਦੀ ਲੋੜ ਹੈਗੀ ਹੈ ਕਿਉਂਕਿ ਤੁਸੀਂ ਬਾਹਰ ਜਾਣਾ, ਮੈਨੂੰ ਤੁਹਾਡੇ ਵੀਜ਼ੇ ਦੀ ਲੋੜ ਹੈਗੀ ਹੈ ਕਿਉਂਕਿ ਮੈਨੂੰ ਤੁਹਾਡੇ ਤੋਂ ਪੈਸੇ ਮਿਲਣੇ। ਸੋ ਦਿਸ ਇਜ਼ ਆਸਟ੍ਰੇਲੀਆ, ਚਾਹੇ ਲੈਵਲ 3 'ਚ ਹੈ ਚਾਹੇ ਲੈਵਲ 2 'ਚ ਨੇ, ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਦੀ ਇੱਕ ਬਹੁਤ ਵੱਡੀ ਐਕਸਪੋਰਟ ਇੰਡਸਟਰੀ ਹੈ ਜਿਹਦੇ ਵਿੱਚ ਉਹਨਾਂ ਨੂੰ ਮੋਰ ਦੈਨ $30 ਬਿਲੀਅਨ ਦਾ ਰੈਵਨਿਊ ਹੈ ਸਾਲ ਦਾ। ਸੋ ਐਡੀ ਛੇਤੀ ਬੰਦ ਨਹੀਂ ਹੁੰਦਾ, ਔਰ ਇੰਡੀਆ ਦੀ ਕੰਟਰੀਬਿਊਸ਼ਨ ਉਹਦੇ ਵਿੱਚ ਟੌਪ ਮੋਸਟ ਕੰਟਰੀਬਿਊਸ਼ਨ ਹੈ ਇੰਡੀਆ ਦੀ। ਸੋ ਇੰਡੀਅਨ ਸਟੂਡੈਂਟਸ ਨਾ ਜਾਣ, ਉਹਨਾਂ ਦੀ ਇਕੋਨਮੀ, ਉਹਨਾਂ ਦਾ ਇਹ ਵਾਲਾ ਰੈਵਨਿਊ ਸਟ੍ਰੀਮ ਜਿਹੜਾ ਉਹ ਬਹੁਤ ਜ਼ਿਆਦਾ ਬਹੁਤ ਡਰਾਸਟਿਕਲੀ ਡਿੱਗਦਾ ਹੈ। ਰਾਈਟ ਜੀ, ਸੋ ਕਮਿੰਗ ਟੂ ਯੂਕੇ, ਸੋ ਪਿਛਲੇ 6-8 ਮਹੀਨੇ 'ਚ ਜੇ ਦੇਖੀਏ ਤਾਂ ਯੂਕੇ ਦੇ ਵਿੱਚ ਯੂਕੇ ਗਵਰਨਮੈਂਟ ਨੇ, ਜਦੋਂ ਦਾ ਬ੍ਰੈਕਸਿਟ ਔਰ ਬ੍ਰੈਕਸਿਟ ਦਾ ਰੌਲਾ ਚੱਲ ਰਿਹਾ, ਕਿਉਂਕਿ ਹੁਣ ਦੋਨੋਂ ਕੰਟਰੀਜ਼ ਦੇ ਜਿਹੜੇ ਡੈਲੀਗੇਟ ਸੀ ਉਹਨਾਂ ਨੇ ਇੱਕ ਡਿਸਾਈਡ ਕਰ ਲਿਆ ਕਿ ਕਿਸ ਤਰ੍ਹਾਂ ਬ੍ਰੈਕਸਿਟ ਹੋਣਾ ਹੈ ਦੋਨੋਂ ਕੰਟਰੀਜ਼ ਦੀ। ਪਾਰਲੀਮੈਂਟ ਦੇ ਵਿੱਚ ਉਹ ਜਿਹੜਾ ਬਿੱਲ ਹੈ ਉਹ ਚਲਾ ਗਿਆ, ਹੋਪਫੁਲੀ ਇਟ ਵਿਲ ਗੈਟ ਪਾਸਡ ਔਰ ਇਸ ਪ੍ਰੋਸੈਸ ਸਾਰਾ ਚੱਲਦਾ ਰਹੂਗਾ। ਮੀਨਵਾਈਲ 2009 'ਚ Tier 4 ਸ਼ੁਰੂ ਕੀਤਾ ਸੀ ਯੂਕੇ ਨੇ, Tier 4 ਇਜ਼ ਸਟੂਡੈਂਟ ਵੀਜ਼ਾ, ਉਹੀ ਪ੍ਰੋਸੈਸ ਉਦੋਂ ਦਾ ਚੱਲਦਾ ਆ ਰਿਹਾ, ਕੁਛ ਉਹਦੇ ਵਿੱਚ ਚੇਂਜਸ ਨਹੀਂ ਹੈਗੇ। 28 ਦਿਨ ਪੁਰਾਣੇ ਫੰਡ ਚਾਹੀਦੇ ਆ ਤੁਹਾਨੂੰ, ਲਿਵਿੰਗ ਐਕਸਪੈਂਸਿਸ ਲਈ ਕੈਸ਼ ਲੈਟਰ ਚਾਹੀਦੀ ਆ, ਜਿਹਨੂੰ ਆਸਟ੍ਰੇਲੀਆ 'ਚ COE ਕਹਿੰਦੇ ਆ, ਕੈਨੇਡਾ 'ਚ LOA ਕਹਿੰਦੇ ਆ, ਇਹਦੇ ਵਿੱਚ ਨਾਮ ਬਦਲ ਕੇ ਕੈਸ਼ ਲੈਟਰ ਹੋ ਗਿਆ। ਇਹ ਦੋ ਚੀਜ਼ਾਂ, ਕੈਸ਼ ਲੈਟਰ ਦੇ 30 ਪੁਆਇੰਟ ਹੈ, ਫੰਡਸ ਦੇ 10 ਪੁਆਇੰਟ ਹੈ, 40 ਪੁਆਇੰਟ ਪੂਰੇ ਹੁੰਦੇ ਆ, ਐਮਬੈਸੀ ਦੇ ਵਿੱਚ ਫਾਈਲ ਲੱਗਦੀ ਹੈ ਤੁਹਾਡੀ ਔਰ ਵੀਜ਼ਾ ਲੱਗਦਾ। ਅੱਗੇ ਪੋਸਟ ਸਟੱਡੀ ਵਰਕ ਵੀਜ਼ਾ ਨਹੀਂ ਸੀਗਾ। ਬਹੁਤ ਸਾਰੇ ਲੋਕਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਭਾਜੀ ਯੂਕੇ ਨੂੰ ਕੋਈ ਖਾਸ ਪ੍ਰਮੋਟ ਨਹੀਂ ਕੀਤਾ, ਕੋਈ ਯੂਕੇ ਬਾਰੇ ਗੱਲ ਨਹੀਂ ਕੀਤੀ। ਯੂਕੇ ਬਾਰੇ ਗੱਲ ਇਸ ਕਰਕੇ ਨਹੀਂ ਕੀਤੀ ਵੀਰ ਜੀ, ਕਿਉਂਕਿ ਯੂਕੇ ਦੇ ਵਿੱਚ ਜਿਹੜਾ ਪੋਸਟ ਸਟੱਡੀ ਵਰਕ ਵੀਜ਼ਾ ਮਿਲਣਾ ਉਹਨਾਂ ਸਟੂਡੈਂਟਸ ਨੂੰ ਮਿਲਣਾ ਜਿਹੜੇ 2020 ਜਨਵਰੀ ਤੋਂ ਬਾਅਦ ਉੱਥੇ ਜਾਣਗੇ। ਅੱਜ ਤੱਕ ਜਿਹਨਾਂ ਜਿਹਨਾਂ ਦੇ ਵੀਜ਼ੇ ਲੱਗ ਗਏ ਜਾਂ 31 ਦਸੰਬਰ ਤੱਕ ਵੀ ਜਿਹਨਾਂ ਦੇ ਕੋਰਸ ਸਟਾਰਟ ਹੈ ਔਰ ਵੀਜ਼ੇ ਲੱਗ ਗਏ ਔਰ ਉੱਥੇ ਜਾਂਦੇ ਆ, ਉਹਨਾਂ ਲਈ ਉਹ ਆਪਸ਼ਨ ਹਜੇ ਨਹੀਂ ਖੁੱਲੀ। ਸੋ 1 ਜਨਵਰੀ ਤੋਂ ਬਾਅਦ ਜਿਹੜੇ ਵੀਜ਼ਾਸ ਲੱਗਣੇ ਆ, 1 ਜਨਵਰੀ ਤੋਂ ਬਾਅਦ ਜਿਹੜੇ ਕੋਰਸ ਸਟਾਰਟ ਹੋਣੇ ਆ, ਉਹਨਾਂ ਲਈ ਪੋਸਟ ਸਟੱਡੀ ਵਰਕ ਵੀਜ਼ਾ ਸ਼ੁਰੂ ਹੋਇਆ, ਕਿਉਂਕਿ ਉਹਨਾਂ ਨੇ ਇੱਕ ਡੇਟ ਦਿੱਤੀ ਸੀ ਕਿ ਇਸ ਡੇਟ ਤੋਂ ਬਾਅਦ ਸ਼ੁਰੂ ਹੋ ਰਿਹਾ, ਨਾਟ ਕਿ ਪਿਛਲੇ ਵੀ ਜਿਹੜੇ ਵੀਜ਼ੇ ਲੱਗੇ ਉਹਨਾਂ ਲਈ ਵੀ ਸਟਾਰਟ ਹੋ ਗਿਆ। ਸੋ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ, ਆਇਲਸ ਦੀ ਲੋੜ ਨਹੀਂ, ਜਿੱਦਾਂ ਕੈਨੇਡਾ 'ਚ ਮੈਂ ਕਹਿੰਦਾ ਕਿ ਓਵਰਆਲ 6 ਵਾਲਾ ਹੀ ਅਪਲਾਈ ਕਰੇ, ਉਸ ਤੋਂ ਘੱਟ ਵਾਲਾ ਨਾ ਕਰੇ। ਆਸਟ੍ਰੇਲੀਆ 'ਚ ਵੀ ਕਾਇੰਡ ਆਫ ਓਵਰਆਲ 6 ਵਾਲਾ ਜਾਂ ਕਿਸੇ 'ਚ ਘੱਟ ਬੈਂਡ ਵੀ ਨੇ, ਉਹਦਾ ਵੀਜ਼ਾ ਵੀ ਲੱਗ ਜਾਂਦਾ ਇੱਕ ਚੰਗੀ ਯੂਨੀਵਰਸਿਟੀ ਦੇ ਵਿੱਚ। ਯੂਕੇ ਦੇ ਵਿੱਚ ਤੁਹਾਡੇ ਕੋਲ ਤੁਹਾਡਾ ਪਾਸਪੋਰਟ ਹੈਗਾ, ਤੁਸੀਂ 10ਵੀਂ ਕੀਤੀ ਹੈ, 12ਵੀਂ ਕੀਤੀ ਹੈ, ਡਿਪਲੋਮਾ ਕੀਤਾ, ਗ੍ਰੈਜੂਏਸ਼ਨ ਕੀਤੀ ਹੈ, ਕਿਸੇ ਵੀ ਤਰ੍ਹਾਂ ਦੀ ਤੁਹਾਡੇ ਕੋਲ ਕੁਆਲੀਫਿਕੇਸ਼ਨ ਹੈਗੀ ਹੈ, ਤੁਹਾਡਾ 2 ਸਾਲ, 4 ਸਾਲ, 6 ਸਾਲ ਦਾ ਗੈਪ ਹੈਗਾ, ਕੋਈ ਵੀ ਪ੍ਰੋਬਲਮ ਨਹੀਂ, ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਨਹੀਂ, ਤੁਸੀਂ ਯੂਕੇ ਜਾ ਕੇ ਪੜ੍ਹਾਈ ਕਰ ਸਕਦੇ ਹੋ। ਯੂਕੇ ਦੀਆਂ ਵੱਖਰੀਆਂ ਵੱਖਰੀਆਂ ਯੂਨੀਵਰਸਿਟੀਜ਼ ਨੇ ਆਪਣਾ ਆਪਣਾ ਕ੍ਰਾਈਟੀਰੀਆ ਰੱਖਿਆ, ਬਹੁਤ ਲੀਨੀਅੰਟ ਯੂਨੀਵਰਸਿਟੀਜ਼ ਵੀ ਨੇ ਜਿਹੜੀ ਬਿਨਾਂ ਇੰਟਰਵਿਊ ਦੇ ਸਟੂਡੈਂਟਸ ਨੂੰ ਐਡਮਿਸ਼ਨ ਦੇ ਰਹੀ ਹੈ ਔਰ ਸਟੂਡੈਂਟਸ ਦੇ ਵੀਜ਼ਾਜ਼ ਲੱਗ ਰਹੇ ਆ। ਕੁਛ ਡਾਕੂਮੈਂਟਸ 1-2 ਜ਼ਰੂਰ ਫਾਲਤੂ ਨੇ ਜਿਹੜੇ ਕੋਸ਼ਿਸ਼ ਕਰੋ ਜੇ ਤੁਸੀਂ ਯੂਕੇ ਜਾਣਾ ਚਾਹੁੰਦੇ ਹੋ ਤੇ ਉਹ ਨਾਲੋ ਨਾਲ ਪ੍ਰੋਕਿਓਰ ਕਰ ਲਓ। ਸਭ ਤੋਂ ਮੇਨ ਹੈਗਾ ਲੈਟਰ ਆਫ ਰੈਕਮੈਂਡੇਸ਼ਨ, LOR ਜਿਹਨੂੰ ਆਪਾਂ ਕਹਿੰਦੇ ਹਾਂ। LOR ਨੂੰ ਕਈ ਵਾਰੀ ਸਟੂਡੈਂਟਸ ਨੂੰ ਟਾਈਮ ਲੱਗ ਜਾਂਦਾ, ਕੀ ਹੁੰਦਾ ਕਿ ਉਹਦਾ ਫਾਰਮੈਟ ਹੈ, ਬ੍ਰਾਂਚ ਵਿਜ਼ਿਟ ਕਰੋ, ਕਿਸੇ ਵੀ ਬ੍ਰਾਂਚ ਜਾ ਕੇ ਉਹਨੂੰ ਕਹੀ ਸੈਂਪਲ ਦੇ ਦਿਓ, ਸੈਂਪਲ ਲੈ ਲਓ। ਤੁਸੀਂ ਆਇਲਸ ਕੀਤੀ ਹੈ, ਵੈਲ ਐਂਡ ਗੁੱਡ, ਬਹੁਤ ਵਧੀਆ ਗੱਲ ਹੈ। ਤੁਸੀਂ ਆਇਲਸ ਨਹੀਂ ਕੀਤੀ, ਕੈਨੇਡਾ ਤੋਂ ਰਿਫਿਊਜ਼ ਹੋ ਕੇ ਬੈਠੇ ਹੋ, ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਗਏ, ਲੱਗਦਾ ਕਿ ਯਾਰ ਇੱਥੇ ਦਾ ਵੀਜ਼ਾ ਨਹੀਂ ਲੱਗਣਾ, ਕੈਨੇਡਾ ਕਿੰਨੀ ਵਾਰੀ ਟਰਾਈ ਕਰ ਲਿਆ ਜਾਂ ਕੀ ਆਪਸ਼ਨਸ ਅਵੇਲੇਬਲ ਨੇ, ਕੈਨੇਡਾ ਦੁਬਾਰਾ ਜਾ ਸਕਦੇ ਹੋ, ਨਹੀਂ ਜਾ ਸਕਦੇ ਹੋ, ਯੂਕੇ ਜਾ ਸਕਦੇ ਹੋ, ਯੂਕੇ ਲਈ ਅਪਲਾਈ ਕਰ ਸਕਦੇ ਹੋ ਬਿਨਾਂ ਆਇਲਸ ਦੇ।
ਮੀਡੀਅਮ ਆਫ ਇੰਸਟਰਕਸ਼ਨ ਦੀ ਲੈਟਰ ਲੱਗਦੀ ਆ, ਮੀਡੀਅਮ ਇੰਸਟਰਕਸ਼ਨ ਦੀ ਲੈਟਰ ਲੈ ਕੇ ਆਓ ਕਿ ਤੁਸੀਂ ਇੰਗਲਿਸ਼ 'ਚ ਪੜ੍ਹਾਈ ਕੀਤੀ ਹੋਈ ਆ, ਬਿਨਾਂ ਆਇਲਟਸ ਦੇ ਵੀ ਵੀਜ਼ੇ ਲੱਗਦੇ ਆ, ਵੀਜ਼ੇ ਗ੍ਰਾਂਟ ਹੁੰਦੇ ਆ। ਸੋ ਜਨਵਰੀ ਇਨਟੇਕ ਹਜੇ ਵੀ ਖੁੱਲਿਆ ਹੋਇਆ, ਯੂਕੇ ਜਾਣ ਲਈ ਜਨਵਰੀ ਇਨਟੇਕ ਇਜ਼ ਅਵੇਲੇਬਲ, ਕੈਨੇਡਾ ਜਾਣ ਲਈ ਜਨਵਰੀ ਇਨਟੇਕ ਇਜ਼ ਅਵੇਲੇਬਲ, ਆਸਟ੍ਰੇਲੀਆ ਜਾਣ ਲਈ ਵੀ ਜਨਵਰੀ ਇਨਟੇਕ ਇਜ਼ ਅਵੇਲੇਬਲ, ਬਟ ਉਹ ਡਿਪੈਂਡ ਕਰਦਾ ਕਿਹੜੀ ਯੂਨੀਵਰਸਿਟੀ ਦੇ ਵਿੱਚ ਕਿੰਨਾ ਪ੍ਰੋਸੈਸਿੰਗ ਟਾਈਮ ਹੈ ਤੁਹਾਡੀ GTE ਐਪਲੀਕੇਸ਼ਨ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਦਾ, ਉਹਦੇ ਅਕੋਰਡਿੰਗਲੀ ਹੀ ਪ੍ਰੋਸੈਸ ਹੁੰਦਾ ਜਾਂ ਉਹ ਜਨਵਰੀ ਇਨਟੇਕ 'ਚ ਹੋਏਗਾ, ਜਾਂ ਆਸਟ੍ਰੇਲੀਆ 'ਚ ਕੁਛ ਯੂਨੀਵਰਸਿਟੀਜ਼ ਫੈਬ ਦੇ ਵਿੱਚ ਵੀ ਆਪਣਾ ਇਨਟੇਕ ਸਟਾਰਟ ਕਰਦੀਆਂ, ਸੋ ਉਹਦੇ ਅਕੋਰਡਿੰਗਲੀ ਉਹਨੂੰ ਸਟਾਰਟ ਦੀ ਡੇਟ ਤੁਹਾਨੂੰ ਦਿੱਤੀ ਜਾ ਸਕਦੀ ਹੈ। ਸੋ ਆਹ ਹੀ ਮੇਜਰ ਤਿੰਨ ਕੰਟਰੀਜ਼ ਨੇ ਜਿੱਥੇ ਅੱਜ ਸਟੂਡੈਂਟ ਜਾਣਾ ਚਾਹੁੰਦਾ। ਅਗੇਨ, ਤੁਸੀਂ ਕਿਸੇ ਵੀ ਕੰਟਰੀ ਤੋਂ ਰਿਫਿਊਜ਼ ਹੋ, ਇਟ ਇਜ਼ ਨਾਟ ਦੀ ਐਂਡ ਆਫ ਦੀ ਵਰਲਡ। ਕਾਗਜ਼ ਚੱਕੋ, ਕੈਨੇਡਾ ਤੋਂ ਰਿਫਿਊਜ਼ ਹੋ, GIC ਵਾਪਸ ਨਾ ਮੰਗਾਓ, ਉੱਥੇ ਹੀ ਰਹਿਣ ਦਿਓ, ਮੇਰੇ ਕੋਲ ਡਾਕੂਮੈਂਟ ਲੈ ਕੇ ਆਇਓ, GIC ਤੁਹਾਡੀ ਆਲਰੇਡੀ ਗਈ ਹੋਈ ਹੈ, ਵਿਦ ਇਨ 1 ਵੀਕ ਫਾਈਲ ਅੰਬੈਸੀ ਦੇ ਵਿੱਚ ਲਾ ਦੂੰਗਾ, ਪੈਸੇ ਉਦੋਂ ਦਿਓ ਜਿੱਦਣ ਤੁਹਾਡਾ ਵੀਜ਼ਾ ਲੱਗ ਜੂਗਾ। ਆਸਟ੍ਰੇਲੀਆ ਜਾਣਾ ਚਾਹੁੰਦੇ ਹੋ, ਆਸਟ੍ਰੇਲੀਆ ਲਈ ਆਪਣੇ ਡਾਕੂਮੈਂਟ ਚੱਕੋ, ਡਾਕੂਮੈਂਟ ਚੁੱਕ ਕੇ ਆ ਜਾਓ। ਜੇ ਪੁਰਾਣੀ ਆਸਟ੍ਰੇਲੀਆ ਦੀ ਰਿਫਿਊਜ਼ਲ ਹੈਗੀ ਹੈ, ਉਹਦੇ ਵਿੱਚ ਕਿਤੇ ਨਾ ਕਿਤੇ ਆਸਟ੍ਰੇਲੀਆ ਦੁਬਾਰਾ ਰੀਅਪਲਾਈ ਕਰਨ ਲਈ ਮੈਂ ਵੀ ਸ਼ਾਇਦ ਤੁਹਾਨੂੰ 2 ਵਾਰੀ ਸੋਚ ਕੇ ਜਵਾਬ ਦਊਂਗਾ, ਤੁਹਾਡੇ ਡਾਕੂਮੈਂਟ ਦੇਖ ਕੇ, ਪ੍ਰੋਫਾਈਲ ਦੇਖ ਕੇ, ਰੀਜ਼ਨ ਦੇਖ ਕੇ ਕਿ ਕਿਉਂ ਰਿਫਿਊਜ਼ਲ ਹੋਈ ਸੀਗੀ। ਬਟ ਕੈਨੇਡਾ ਤੁਸੀਂ ਰਿਫਿਊਜ਼ ਹੋ, ਆਪਾਂ ਰੀਅਪਲਾਈ ਕਰ ਸਕਦੇ ਹਾਂ, ਕਰ ਆਸਟ੍ਰੇਲੀਆ ਨੂੰ ਵੀ ਸਕਦੇ ਹਾਂ, UK ਨੂੰ ਵੀ ਕਰ ਸਕਦੇ ਹੋ। ਸੋ ਇਹ ਸਾਰੀ ਪਰਸਨਲਾਈਜ਼ਡ ਇਨਫੋਰਮੇਸ਼ਨ ਮੈਂ ਫੇਸਬੁੱਕ ਤੇ ਨਹੀਂ ਦੇ ਸਕਦਾ, ਮੈਂ ਤੁਹਾਨੂੰ ਫੋਨ ਤੇ ਨਹੀਂ ਦੱਸ ਸਕਦਾ, ਇਹ ਮਿਲ ਕੇ ਗੱਲ ਹੋਣੀ ਹੈ। ਜਾਣਾ ਆਪਾਂ ਕੈਨੇਡਾ, ਜਾਣਾ ਆਪਾਂ ਆਸਟ੍ਰੇਲੀਆ, ਜਾਣਾ ਆਪਾਂ UK ਆ, ਜੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਫੋਨ ਤੇ ਹੀ ਚਾਹੀਦੀ ਹੈ, ਤੇ UK ਵਾਲੀ ਪੜ੍ਹਾਈ ਵੀ ਤੁਹਾਨੂੰ ਫੋਨ ਤੇ ਕਰ ਲੈਣੀ ਚਾਹੀਦੀ। ਸੋ ਡਾਕੂਮੈਂਟ ਚੱਕੋ, ਕੱਲ ਦਾ ਦਿਨ 1st ਆਫ ਨਵੰਬਰ, ਪਰਸੋਂ 2nd ਆਫ ਨਵੰਬਰ, ਕੱਲ ਮੈਂ ਜਲੰਧਰ ਆ, ਸਾਰਾ ਦਿਨ ਜਲੰਧਰ ਬ੍ਰਾਂਚ ਦੇ ਵਿੱਚ, ਆਪਣੇ ਡਾਕੂਮੈਂਟ ਲੈ ਕੇ ਆ ਜਾਓ, ਆਪਣੀ ਐਡਵਾਈਜ਼ ਲਓ, ਵੀਜ਼ਾ ਅਪਲਾਈ ਕਰਨਾ ਨਹੀਂ ਕਰਨਾ, ਮੇਰੇ ਕੋ ਕਰਨਾ ਕਿਸੇ ਕੋ ਕਰਨਾ, ਇਟ ਇਜ਼ ਅਪ ਟੂ ਯੂ। ਪਰਸੋਂ ਅੰਮ੍ਰਿਤਸਰ ਆ ਜਾਓ, ਰਣਜੀਤ ਐਵੀਨਿਊ, ਕੱਲ ਜਲੰਧਰ ਰੈਜੀਡੈਂਸੀ ਹੋਟਲ ਦੇ ਸਾਹਮਣੇ ਬੱਸ ਸਟੈਂਡ ਦੇ ਕੋਲ। ਸੋ ਦੋਨੋਂ ਜਗ੍ਹਾ ਮੈਂ ਆਪ ਅਵੇਲੇਬਲ ਹੋਊਂਗਾ, ਮੈਨੂੰ ਮਿਲੋ, ਔਰ ਦੈਨ ਵੀ ਕੈਨ ਡਿਸਾਈਡ ਦ ਵੇ ਫਾਰਵਰਡ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜਿਹੜੇ ਮੇਰੇ ਵੀਰ ਨਾਲ ਜੁੜੇ, ਔਰ ਇਹ ਸਾਰੀ ਇਨਫੋਰਮੇਸ਼ਨ ਜਿਹਨਾਂ ਨੂੰ ਮੈਂ ਪ੍ਰੋਵਾਈਡ ਕਰ ਸਕਿਆ। ਥੈਂਕ ਯੂ ਵੈਰੀ ਮੱਚ।